ਅੱਲਾ ਮਾਫ਼ੀ ਦੇ, ਮੈਨੂੰ ਤਾਂ ਪਤਾ ਗਿਣਤੀ ਸ਼ੁਰੂ ਨਹੀਂ ਹੋਣੀ, ਤੁਹਾਡਾ ਦੁੱਧ ਮੁੱਕ ਗਿਆ ਹੋਣਾ।
ਬਸ਼ੀਰਿਆ, ਤੂੰ ਸਾਡੇ ਸਾਰੇ ਨਾਲੋਂ ਬਹੁਤਾ ਖਿਆਲ ਸਾਡੇ ਚੰਨ ਪੁੱਤਰ ਦਾ ਕਰਨਾ ਹੈ। ਓਏ ਹਨੇਰੀ ਆਵੇ ਤੇ ਭਾਵੇਂ ਤੂਫਾਨ, ਤੂੰ ਸਾਡੇ ਚੰਨ ਲਈ ਦੁੱਧ ਲਿਆਉਣਾ ਨਹੀਂ ਭੁੱਲਦਾ। ਹਾਏ ਚੌਧਰੀ ਜੀ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਤੇ ਨੌਕਰ ਹਾਂ, ਚੰਨ ਨਾਲ ਤੇ ਪੂਰੇ ਘਰ ਵਾਲੇ ਪਿਆਰ ਕਰਦੇ ਨੇ। ਓਏ ਬਸ਼ੀਰਿਆ, ਪਰ ਸਾਡਾ ਵੀ ਤਾਂ ਦੱਸ ਕਿਸੇ ਲਾਲੇ ਨੂੰ ਕਿੰਨਾ ਪਿਆਰ ਕਰਨੇ ਆ। ਜਿਉਂਦਾ ਰਹਿ ਚੰਨ ਪੁੱਤਰ, ਜਿਉਂਦਾ ਰਹਿ। ਓਏ ਤੂੰ ਸਾਡਾ ਨਿੱਕਾ ਭਰਾ ਹੀ ਨਹੀਂ, ਕਾਸ਼ਵ ਦਾ ਵੱਡਾ ਭਰਾ ਤੇ ਸਾਡਾ ਪੁੱਤਰ ਨੇ ਯਾਰ। ਅੱਛਾ ਜੀ, ਤੇ ਚੰਨ ਮੇਰਾ ਕੁਝ ਵੀ ਨਹੀਂ ਲੱਗਦਾ। ਓ ਚੰਨ ਤੇਰਾ ਵੀ ਪੁੱਤਰ ਹੀ ਲੱਗਦਾ ਹੈ। ਓ ਮੈਂ ਕਿਹਾ ਸਕਦੇ ਆਪ ਜੀ ਵੰਡੀ ਜਾਓਗੇ ਜਾਂ ਕੁਛ ਸਾਡੇ ਵੀ ਛੱਡੋਗੇ, ਤੁਹਾਡੇ ਵਾਸਤੇ ਬਾਹਲੀ ਰੱਖੀ ਚੋਈ ਸਾਹਿਬ। ਉਪਾਸ ਬੰਦ ਕਰ ਓਏ, ਸਿਕੰਦਰ ਵੀ ਸਾਡਾ ਹੀ ਪੁੱਤਰ ਹੈ। ਮਾਫੀ ਚਾਹੁੰਦਾ, ਮੈਨੂੰ ਇਹਦਾ ਪਤਾ ਨਹੀਂ ਸੀ। ਓ ਲੋ ਵੱਡੇ ਚੋਈ ਸਾਹਿਬ ਆ ਗਏ ਜੀ। ਤਾਇਆ ਬੂ ਆ ਗਏ, ਤਾਇਆ ਬੂ ਆ ਗਏ। ਬਿਸਮਿਲਾ, ਤਾਇਆ ਬੂ ਦੀ ਅੱਖੀਆਂ ਦਾ ਤਾਰਾ, ਰੱਬ ਤੈਨੂੰ ਸਦਾ ਸਲਾਮਤ ਰੱਖੀ ਮੇਰੇ ਪੁੱਤਰਾ। ਓ ਯਾਰ, ਫਿਰ ਤੂੰ ਭੁੱਲ ਗਏ? ਓ ਕੀ ਤਾਇਬੂ, ਬਹੁਤ ਜ਼ਿਆਦਾ ਸ਼ਰਾਰਤੀ ਹੈ ਤੂੰ, ਬਹੁਤ ਜ਼ਿਆਦਾ ਸ਼ਰਾਰਤੀ। ਓਏ ਕਸੀ ਨਜ਼ਰਾਂ ਕੀ ਦੇਖ ਰਹੇ ਯਾਰ? ਜਦੋਂ ਤੁਸੀਂ ਐਡੇ ਸੋਨਾ ਪੁੱਤਰੋ, ਤੁਹਾਨੂੰ ਗੋਦੀ ਚ ਮੈਂ ਇਸ ਤਰ੍ਹਾਂ ਚੁੱਕਦਾ ਸਾਂ। ਇਹ ਗੱਲ ਨੀ ਲਾਲਾ ਜੀ, ਜਗ ਤੇ ਦਾਦੇ ਪੋਤਰੇ ਦਾ ਪਿਆਰ ਵੇਖਣਾ ਹੋਵੇ ਤੇ ਤੁਹਾਨੂੰ ਵੇਖੇ। ਓਏ ਆ ਬਈ ਸਿਕੰਦਰਿਆ, ਖੂਹ ਤੇ ਚੱਲੀਏ। ਅੱਛਾ ਲਾਲਾ, ਰੱਬ ਰਾਖਾ। ਕਹਿ ਰਿਹਾ, ਇਸ ਸਾਲ ਦੇ ਮਾਮਲੇ ਦੀ ਰਕਮ ਜਮ੍ਹਾਂ ਕਰਾ ਦਿੱਤੀ ਹੋ? ਹਾਂ ਲਾਲਾ, ਉਹ ਤਾਂ ਮੈਂ ਸਵੇਰੇ ਜਮ੍ਹਾਂ ਕਰਾ ਦਿੱਤੀ ਸੀ। ਹੁਕਮ ਤੇਰਾ ਹੋਵੇ ਤੇ ਹੈਦਰ ਕਿਵੇਂ ਟਾਲ ਸਕਦਾ ਲਾਲਾ? ਚੌਧਰੀ ਸਾਹਿਬ, ਦੋ ਫਰਿਆਦੀ ਆਏ ਨੇ। ਫਰਿਆਦੀ ਆਏ ਨੇ, ਲਾ ਉਹਨਾਂ ਨੂੰ। ਜੀ ਲੈ ਫੜ ਕੁੜੀਏ। ਸਲਾਮ ਸਰਕਾਰ। ਫਜਲੂ ਰਮਜ਼ਾਨੀਆ, ਖੈਰ ਏ? ਕੀ ਫਰਿਆਦ ਲੈ ਕੇ ਆਏ ਹੋ ਬਈ? ਚੌਧਰੀ ਸਾਹਿਬ, ਸਾਡੇ ਡੰਗਰ ਭੁੱਖੇ ਸਨ ਤੇ ਚੌਧਰੀ ਬੁਲੰਦੇ ਦੀ ਪੈਲੀ ਚੋਂ ਇੱਕ ਡੰਗ ਦੇ ਪੱਠੇ ਵੱਢੇ ਨੇ ਤੇ ਉਹਨਾਂ ਨੇ ਸਾਡੇ ਹੱਥ ਵੱਢ ਦਿੱਤੇ ਨੇ ਜਨਾਬ। ਚੌਧਰੀ ਸਾਹਿਬ, ਉਹਨਾਂ ਨੇ ਸਾਡੇ ਤੇ ਚੋਰੀ ਦਾ ਇਲਜ਼ਾਮ ਲਾਇਆ ਹੈ ਤੇ ਨਾਲ ਉਹ ਜ਼ਮੀਨ ਵੀ ਖੋ ਲਈ ਹੈ ਜਿਹੜੀ ਵਿਆਜ ਤੇ ਸਾਨੂੰ ਵਾਹਣ ਲਈ ਦਿੱਤੀ ਸੀ। ਬਸ ਉਹਨਾਂ ਜ਼ਾਲਮਾਂ ਨੇ ਤੇ ਸਿਰਫ ਤੁਹਾਡੇ ਹੱਥ ਵੱਡੇ ਸਨ ਤੇ ਹੈਦਰ ਉਹਨਾਂ ਦੇ ਹੱਥਾਂ ਦੇ ਨਾਲ ਨਾਲ ਉਹਨਾਂ ਦੀਆਂ ਲੱਤਾਂ ਵੀ ਵੱਢ ਦੇਗਾ। ਨਹੀਂ ਹੈਦਰਿਆ, ਨਹੀਂ। ਓਏ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਅਥਰੂ ਪੂੰਝ ਲਓ ਤੁਸੀਂ, ਤੁਹਾਡੇ ਨਾਲ ਨਾ ਇਨਸਾਫੀ ਨਹੀਂ ਹੋਏਗੀ। ਤੁਹਾਡਾ ਹੱਕ ਲੈਣ ਲਈ ਮੈਂ ਆਪ ਜਾਵਾਂਗਾ। ਕੱਚੀ ਨੀਂਦਰ ਦਾ ਖੁਆਬ ਸਮਝਾਂ ਜਾਂ ਇਹ ਸਮਝਾਂ ਕਿ ਸਾਡੀ ਚੁਦਰਾਹਟ ਨੂੰ ਮੰਨ ਕੇ ਤੂੰ ਆਪਣਾ ਸਿਰ ਚੁਕਾ ਦਿੱਤਾ ਹੈ? ਐ ਤੇਰੀ ਪੁੱਲੇ ਕਸੂ, ਚੌਧਰੀ ਕਾਦਰੇ ਦਾ ਸਿਰ ਸੋਹਣੇ ਰੱਬ ਦੇ ਸਿਵਾ ਕਦੀ ਕਿਸੇ ਸ਼ੈਤਾਨ ਦੇ ਅੱਗੇ ਨਹੀਂ ਚੁੱਕਿਆ। ਆਇਆ
ਸ਼ਕਲਾਂ ਤੁਸੀਂ ਪੁੱਲੇ ਨਹੀਂ ਹੋ ਗਏ। ਮੈਂ ਪੁੱਛਣ ਆਇਆ ਇਹਨਾਂ ਦੇ ਹੱਥ ਕਿਉਂ ਲਾਏ ਨੇ? ਚੋਰੀ ਕੀਤੀ ਇਹਨਾਂ ਨੇ, ਸ਼ੁਕਰ ਕਰਨ ਅਸੀਂ ਸਿਰਫ ਇਹਨਾਂ ਦੇ ਹੱਥ ਹੀ ਲਾਏ ਨੇ, ਗਾਟੇ ਨਹੀਂ ਲਾ ਦਿੱਤੇ। ਗਾਟੇ ਲਾਉਣ ਦਾ ਹੱਕ ਕਾਨੂੰਨ ਨੂੰ ਹੈ, ਤੈਨੂੰ ਇਹ ਹੱਕ ਕਿਹਨੇ ਦਿੱਤਾ ਹੈ? ਅਸੀਂ ਇਸ ਇਲਾਕੇ ਦੇ ਮਾਲਕ ਹਾਂ ਚੌਧਰੀ, ਇੱਥੇ ਕਾਨੂੰਨ ਵੀ ਸਾਡਾ, ਅਸੂਲ ਵੀ ਸਾਡੇ ਤੇ ਫੈਸਲੇ ਵੀ ਸਾਡੇ। ਇਹਨਾਂ ਨੇ ਜੋ ਜ਼ੁਲਮ ਕੀਤਾ ਸੀ ਉਹਦੀ ਸਜ਼ਾ ਅਸੀਂ ਦੇ ਦਿੱਤੀ ਹੈ, ਬਸ ਕਹਾਣੀ ਮੁੱਕ ਗਈ। ਉਹ ਚੌਧਰੀ, ਕਹਾਣੀ ਤੇ ਹੁਣ ਸ਼ੁਰੂ ਹੋਏਗੀ। ਓਏ, ਜੇ ਤੁਸੀਂ ਕਿਸੇ ਵੀ ਸਜ਼ਾ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਇਹਨਾਂ ਦੀ ਜ਼ਮੀਨਾਂ ਵਾਪਸ ਕਰ ਦਿਓ ਜਿਹੜੀਆਂ ਤੁਸੀਂ ਵਾਹਣ ਲਈ ਦਿੱਤੀਆਂ ਸਨ, ਨਾਲੇ 5 ਲੱਖ ਰੁਪਇਆ ਨਕਦ। ਓਏ ਚੌਧਰੀਆ, ਕੀ ਬਖਰੇ ਹੈ? ਓਏ, ਸਾਡੇ ਡੇਰੇ ਤੇ ਖਲੋ ਕੇ ਸਾਨੂੰ ਅੱਖਾਂ ਵਿਖਾਣਾ ਹੈ? ਅੱਖਾਂ ਕੱਢਣਾ ਗਈ, ਕੱਢਣਾ ਗਈ। ਸਾਡੇ ਮਾਮਲੇ ਚ ਨਾ ਬੋਲੀ, ਨਾ ਬੋਲੀ, ਨਹੀਂ ਤੇ ਹਮੇਸ਼ਾ ਵਾਸਤੇ ਨਾ ਭੁੱਲਾ ਦੇ, ਦਰੋਪੇ ਲਾ ਦਿਆਂਗਾ। ਓਏ, ਤੈਨੂੰ ਮੇਰੀ ਜ਼ੁਬਾਨ ਚ ਗੱਲ ਸਮਝ ਨਹੀਂ ਆਈ? ਚੌਧਰੀ, ਇੱਥੇ ਇੰਨੀਆਂ ਗੋਲੀਆਂ ਚੱਲਣਗੀਆਂ, ਤੇਰੀ ਜ਼ਬਾਨ ਵੀ ਦੱਬ ਜਾਏਗੀ ਤੇ ਤੇਰਾ ਵਜੂਦ ਵੀ ਦੱਬ ਜਾਏਗਾ, ਦੱਬ ਜਾਏਗਾ। ਆਏ ਬੇਗੈਰਤਾ, ਸ਼ੇਰ ਸ਼ੇਰੀ ਹੁੰਦੀ ਓਏ, ਲੱਖਾਂ ਬਾਂਦਰ ਵੀ ਇਕੱਠੇ ਕਰ ਲਈਏ ਉਹ ਫੇਰ ਵੀ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੇ। ਨਹੀਂ ਚੌਧਰੀ, ਨਹੀਂ, ਸਾਨੂੰ ਲੜਾਈ ਝਗੜਾ ਨਹੀਂ ਚਾਹੀਦਾ, ਸਾਨੂੰ ਤੇਰੀ ਹਰ ਸ਼ਰਤ ਮਨਜ਼ੂਰ ਹੈ। ਤੂੰ ਸਾਡੇ ਡੇਰੇ ਤੇ ਪਹਿਲੀ ਵਾਰੀ ਆਇਆ ਚੌਧਰੀ, ਅਸੀਂ ਤੇਰੇ ਆਉਣ ਦਾ ਮਾਣ ਰੱਖਿਆ, ਜਾ ਚਲਾ ਜਾਏ ਤੂੰ। ਚਾਚਾ, ਤੇਰਾ ਫੈਸਲਾ ਸਾਨੂੰ ਚੰਗਾ ਨਹੀਂ ਲੱਗਾ। ਓਏ ਚੌਧਰੀ, ਸਾਡੇ ਡੇਰੇ ਤੇ ਆ ਕੇ ਸਾਨੂੰ ਨੀਵਾਂ ਕਰਜੇ, ਔਰ ਸਾਨੂੰ ਸਾਰਿਆਂ ਨੂੰ ਦੱਬ ਕੇ ਮਰ ਜਾਣਾ ਚਾਹੀਦਾ ਹੈ। ਗੱਲ ਕਰਨਾ, ਉਹ ਪਾਗਲ ਹੋ ਗਿਆ ਤੂੰ? ਉਹ ਮਨ ਤੇਰੇ ਦੁਸ਼ਮਣ, ਉਹ ਮੈਂ ਪਿਆ ਕਹਿਣਾ, ਉਹ ਮੈਂ ਕੋਈ ਚੌਧਰੀ ਦੀ ਝੋਲੀ ਚ ਜ਼ਮੀਨ ਤੇ ਪੈਸਾ ਪਾ ਕੇ ਭੇਜ ਦਿੱਤਾ? ਓਏ, ਅਸਲ ਫੈਸਲਾ ਤੇ ਸਿਹਰਾ ਤੇਰਾ ਪਿਓ ਸ਼ਹਿਰੋਂ ਆ ਕੇ ਕਰੇਗਾ। ਮੇਰੇ ਪਿਓ ਤੇ ਕੇਸ ਚੱਲਣ ਦੇ, ਇਹ ਹਾਲਾ ਮੈਨੂੰ ਬਚਾ ਲਵੀ ਕਿਧਰੇ ਮੈਂ ਹੀ ਨਾ ਨਿਕਲਾਵਾਂ। ਅੱਲਾ ਕਰੇ ਤੈਨੂੰ ਸਜ਼ਾਏ ਮੌਤ ਹੋਵੇ। ਓਏ, ਪਿਛਲੇ ਸਾਲ ਵਾਂਗੂ ਚੌਧਰੀ ਸਾਹਿਬ, ਸਾਨੂੰ ਇਸ ਸਾਲ ਵੀ ਖਾਲੀ ਹੱਥ ਨਹੀਂ ਭੇਜਣਗੇ। ਕਿਉਂ? ਪਿਛਲੇ ਸਾਲ ਇਹਦੇ ਮੁੰਡਾ ਹੋਇਆ ਸੀ। ਉਹ ਬਾਲਾ ਬੰਦਾ ਹੀ, ਤੂੰ ਉਹਨੂੰ ਮੁੰਡਾ ਦੇਣ ਦੇ? ਭਲਾ ਵੇ ਚੌਧਰੀ ਆਰਾਮ ਦਾ, ਸਾਡੇ ਗਰੀਬਾਂ ਦਾ ਬੜੇ ਖਿਆਲ ਰੱਖਦੇ ਨੇ। ਚੌਧਰੀ ਸਾਹਿਬ ਵਾਂਗੂ ਉਹਨਾਂ ਦੇ ਤਿੰਨ ਭਰਾ ਵੀ ਸਖੀ ਦਿਲ ਨੇ, ਰੱਬ ਉਹਨਾਂ ਨੂੰ ਸਦਾ ਸਲਾਮਤ ਰੱਖੇ। ਆਮੀਨ। ਲਾਲਾ ਜੀ ਸਖੀ ਦਿਲ ਹੀ ਨਹੀਂ, ਸਾਡਾ ਮਾਨ ਵੀ ਨੇ। ਹਾਂ ਭਾਬੀ, ਉਹਨਾਂ ਦੇ ਨਾਲ ਇਸ ਕਾਰ 'ਚ ਰੌਣਕਾਂ ਤੇ ਬਰਕਤਾਂ ਨੇ, ਰੱਬ ਕਰੇ ਉਹਨਾਂ ਨੂੰ ਸਾਡੀ ਉਮਰ ਵੀ ਲੱਗ ਜਾਏ। ਜੀ ਆਇਆ ਸਰਕਾਰ, ਸਾਰਾ ਸਮਾਨ ਲੈ ਕੇ ਆ। ਲਾਲਾ ਜੀ ਆਪਣੇ ਹੱਥਾਂ ਨਾਲ ਗਰੀਬਾਂ ਦੀ ਤਕਸੀਮ ਕਰਨਗੇ। ਬਿਹਤਰ ਜਨਾਬ। ਸਲਾਮ ਵਾਲੇਕੁਮ ਦਰਮਿਆਨੇ ਚੌਰੀ ਸਾਹਿਬ। ਵਾਲੇਕੁਮ ਸਲਾਮ। ਲਓ ਬਈ ਤੁਹਾਨੂੰ ਸਲਾਮ ਵਾਲੇਕੁਮ ਚੌਰੀ ਸਾਹਿਬ। ਵਾਲੇਕੁਮ ਸਲਾਮ। ਤੁਸੀਂ ਪਹਿਲੇ ਤੋੜਦੀਆਂ ਸੇਵੀਆਂ ਮੇਰੇ ਘਰ ਜਾ ਕੇ ਖਾਣੀਆਂ ਨੇ ਯਾਰ। ਠੀਕ ਹੈ ਠੀਕ ਹੈ।
सलामत भाई खैर सलामत। बशीरिया क्या तेरा छड़िया के खुरे अर्गा फेरे और तेनू ईद मुबारक हो। तू तो ईद मुबारक कहो ना। क्यों ईद तेरे वास्ते बड़ी नैश है। क्यों पिछली ईद तेरी भैन नस गई, उस तो पिछली ईद तेरी मां नस गई, उस तो पिछली ईद कोई है ही नहीं सी जरूर नसती। कोई गल नहीं पुत्र ऐप की करो तो कोई ताडे घरों ही भजेगी। मेरा तो करो अब भाई नौकरी असि नसा फिर दे। चोरी साहब तुम करने काम करो के भैन बिस्मिल्ला तू भी लै ला बीबी बिस्मिल्ला तेरा भी हिस्सा है। ला भैन तू भी पढ़ बिस्मिल्ला इस बच्ची भी दो लम्मा तुम फिर अपना हिस्सा। यार बशीरिया बाकी का कम तो आप निबेड़ लै। बिल्कुल ठीक है लो भाई माइयो नुक्कर चा जाओ। बशीरिया वो मैनू ही नाल ले ला। आहा साडा शेर पुत्र आया है। यार हैदरिया ये सारा चंद पुत्र नजर नहीं आया किधर गया है। लाला जी तुहाडा चंद पुत्र साढ़े जिगर का टुकड़ा शाम का करूंगा वे कहता सी मैं इतना चंद वेख के आवांगा।
دن بھی نصیب ہو گیا چوہی صاحب خیر مبارک بہت بہت عید مبارک ہو جی خیر مبارک بھائی اچھا چاہیے تنوع عید مبارک خیر مبارک خیر مبارک مینو بھی جب بھی پالا میرے کو بو آن ڈی ہے میں کہ میرے لوگ بھابی پکانا لے رہی جی چوہری جی یار جی عید کا دن ہے ہاں جی ایک دوجے نوں گلے ملن ملان کا دن ہے جی جی پرے چوہدری بلند دے پتر تے بھرا پنڈ والے عید ملن دی بجائے پنڈوں باہر کیوں جا رہے ہیں یار چوہدری بلندا تے پنڈ والیاں نوں کمی کمین سمجھدا ہے وہ انہاں نوں گلے کیویں لا سکدا ہے میرا خیال ہے برائی دا اے ٹولا جیل وچ چوہدری بلندے دے وڈے پتر نادر وال جا رہے ہیں ساڈا ویر آیا بھائی سلام عید مبارک عید مبارک ہوئے نادر عید مبارک ببر شیر آیا چاچا میرا پتر نادر آیا سلام چاچا اوے مجو سلام تایا کرم اللہ کی حال ہے کلے آئے ہو ابا سانو ملن کیوں نہیں آیا وہ تیرے حکم ہی تاریخ پہن لی ہے وہ شہر وکیل نو ملن گیا وہ نالے ہو کہندا سی آندی دفعہ نادر نو بھی مل کے آواں گا اسی اپنی آنکھاں جیل دے بوئے تے لا کے بیٹھے رہنے ہاں اوے کدوں ساڈا پیو جیل کا بوئا لنگے اوے دس نادریا اور جیل وچ کوئی تنگی تکلیف تے نہیں ہے پتر اوے چوہدری بلندے دا اونوں کوئی تکلیف کس طرح ہو سکتی ہے ہاں یاد آیا اسی اپنے کچھ سجنا نو اپنی جگیر وچ ٹوریا ہے انہوں کا خیال رکھنا سانو انہوں کا کوئی علامہ نہیں آنا چاہیے ابا جی تسی میرے واسطے اتنا کچھ کیوں خریدیا تیرے سوا میرا اس دنیا چھوڑ کون ہے تھی رانی میرا بس چلے نا تے سامان تو چند سورج توڑ کے تیری جھولی چ پا دیا خدا بخشا وہ کی ہوا تینوں زخمی کنے کیتا چاچا
ਡਾਕੂ ਮੈਨੂੰ ਗੋਲੀ ਮਾਰ ਕੇ ਮੇਰੀ ਧੀ ਨੂੰ ਚੁੱਕੇ ਲੈ ਗਏ ਨੇ ਚੌਧਰੀ ਜੀ। ਕੁੱਤਿਆਂ ਦੀ ਕੀ ਸਦਾ ਹੈ ਲਾਲਾ? ਇਹਨਾਂ ਨੇ ਸਾਡੀ ਧੀ ਦੇ ਦੁਪੱਟੇ ਨੂੰ ਹੱਥ ਪਾਇਆ ਹੈ ਹੈਦਰੀਆ। ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇ ਕਿ ਜਦੋਂ ਤੱਕ ਜ਼ਿੰਦਾ ਰਹਿਣ ਇਸ ਦਿਨ ਨੂੰ ਯਾਦ ਕਰਕੇ ਕੰਬ ਜਾਣ। ਸੁਗਾਤ ਲੈ ਕੇ ਆਇਆ ਤੇ ਤੇਰੀ ਮੰਜੀ ਕੋ ਘੁੰਮ ਗਈ ਹੈ ਡਿਪਟੀ। ਸਾਨ ਤੇ ਇੱਕ ਮਾਨ ਨਹੀਂ ਹੁੰਦਾ, ਤੂੰ ਚਾਲ ਬਣ ਕੇ ਲਿਆ। ਜਾਣਾ ਇਹ ਉਹ ਇਸ਼ਤਿਹਾਰੀ ਨੇ ਜਿਨ੍ਹਾਂ ਦੇ ਪਿੱਛੇ ਪੂਰੇ ਜ਼ਿਲ੍ਹੇ ਦੀ ਪੁਲਿਸ ਪੇਡਾਂ ਪੇ ਕਰਦੀ ਏ। ਇਹ ਤੇਰੇ ਹੱਥ ਕਿਵੇਂ ਚੜ ਗਏ ਨੇ? ਕਿਧਰੇ ਅੰਨੇ ਦੇ ਹੱਥ ਬਠੇਰ ਤੇ ਨਹੀਂ ਆ ਗਿਆ? ਕਾਨੂੰਨ ਦੇ ਰਖਵਾਲੇ ਆਪਣੀਆਂ ਨੀਂਦਰਾਂ ਹਰਾਮ ਕਰਕੇ ਰਿਜ਼ਕੇ ਹਲਾਲ ਕਰ ਲੈਣ ਤੇ ਰੱਬ ਦੀ ਕਸਮੇ ਨਾ ਕੋਈ ਇਸ਼ਤਿਹਾਰੀ ਜ਼ਿੰਦਾ ਰਹੇਗਾ ਤੇ ਨਾ ਹੀ ਕੋਈ ਮੁਜਰਮ। ਯਾਦ ਰੱਖ ਡਿਪਟੀ, ਓਏ ਜਿਹੜੇ ਬਦਮਾਸ਼ ਹੁੰਦੇ ਨੇ ਉਹ ਤਿੰਨ ਥਾਵਾਂ ਤੇ ਪਨਾਹ ਲੈਂਦੇ ਨੇ, ਜਾਂ ਕਿਸੇ ਅਫਸਰ ਦੀ ਟੋਪੀ ਥੱਲੇ, ਜਾਂ ਕਿਸੇ ਮਨਿਸਟਰ ਦੀ ਕੁਰਸੀ ਥੱਲੇ, ਤੇ ਜਾਂ ਫਿਰ ਕਿਸੇ ਵਡੇਰੇ ਦੀ ਪੱਗ ਦੇ ਚਮਲੇ ਥੱਲੇ। ਤੇਰਾ ਕਾਨੂੰਨ ਗਰੀਬਾਂ ਦੇ ਘਰਾਂ ਚ ਰੇਟ ਕਰਦਾ, ਸ਼ਰੀਫਾਂ ਦੀਆਂ ਕੰਨਾਂ ਟੱਪ ਜਾਂਦਾ, ਜਾਂ ਫਿਰ ਤਨੀਆਂ ਪੀ ਕੇ ਸੁੱਤਾ ਰਹਿੰਦਾ ਡਿਪਟੀ। ਉਹਦਾ ਬਖਤ ਉਹਦੀ ਧੀ ਦੀ ਇੱਜ਼ਤ ਇਹੋ ਜਿਹੇ ਡਾਕੂ ਕੋਲੋਂ ਬਚਾਉਣ ਲਈ ਚੌਧਰੀ ਕਾਦਰ ਹੋਏ ਤੇ ਹੈਦਰ ਨੂੰ ਆਪਣੀ ਜਾਨ ਤਲੀ ਤੇ ਰੱਖਣੀ ਪੈ ਜਾਂਦੀ ਹੈ ਡਿਪਟੀ। ਇੱਕੋ ਸ਼ਾਇਦ ਦੱਸ ਦਿਓ, ਮਾਰਦੇ ਫਿਰਦੇ ਹੋ? ਨਹੀਂ ਤੇ ਮਾਰ ਮਾਰ ਕੇ ਪਿੰਡੇ ਦਾ ਮਾਸ ਖਿੱਚ ਖਿੱਚ ਉੱਚਾ ਕਰ ਦਿਆਂਗਾ। ਸਾਨੂੰ ਹੱਥ ਲਾਉਣ ਤੋਂ ਪਹਿਲਾਂ ਇਹ ਸੋਚ ਲਈ ਡਿਪਟੀ, ਸਾਡੇ ਮੋਢਿਆਂ ਤੇ ਚੌਧਰੀ ਬੁਲੰਦੇ ਦਾ ਹੱਥ ਸੀ। ਚੌਧਰੀ ਬੁਲੰਦਾ ਸਾਡੇ ਪਿੰਡੇ ਨੂੰ ਬਹੁਤਾ ਚਿਰ ਹਵਾਲਾਤ ਨੇ ਬਰਦਾਸ਼ਤ ਨਹੀਂ ਸੀ ਕਰਨਾ ਚੌਧਰੀ, ਥਾਣੇ ਨੇ ਆਪ ਹੀ ਪਾੜ ਜਾਣਾ ਸੀ। ਤਾਨੂੰ ਸਾਡੇ ਪੁੱਤਰ ਨਾਦਰ ਨੇ ਮਫਰੂਰੀ ਕੱਟਣ ਲਈ ਸਾਡੀ ਜਗੀਰ ਚ ਭੇਜਿਆ। ਜੇ ਤੁਹਾਡੀ ਇੱਕ ਰਾਤ ਵੀ ਥਾਣੇ ਚ ਲੰਘ ਜਾਂਦੀ ਤੇ ਸਾਡੇ ਪੱਲੇ ਕੀ ਰਾਜਣ ਸੀ? ਵੈਰ ਦੇ ਫੱਟਾਂ ਨੂੰ ਚਾਰ ਘੜੀਆਂ ਗੋਲੀ ਨੀਂਦਰ ਸੌਣ ਦਿਓ ਤੇ ਦਾਰੂ ਦੇ ਕੁੱਟ ਭਰੋ। ਅਸਾਂ ਹੁਣ ਦਾਰੂ ਦੇ ਕੁੱਟ ਨਹੀਂ, ਚੌਧਰੀ ਕਾਦਰ ਤੇ ਹੈਦਰ ਦਾ ਕੁੱਟ ਮਾਰਨਾ। ਆ ਜਿੱਥੇ ਮਰਜ਼ੀ ਰਹਿਣ ਪਰ ਸਾਰਿਆਂ ਨੂੰ ਨਹੀਂ ਬਖਸ਼ਣਾ। ਓਏ ਕਦੋਂ ਤੱਕ ਉਡੀਕ ਦੀ ਸੂਲੀ ਤੇ ਟੰਗੇ ਰਵਾਂਗੇ? ਮੇਰਾ ਤੇ ਠੀਕ ਕਰਦਾ, ਚੌਧਰੀ ਨੂੰ ਹੁਣੇ ਲੱਭ ਕੇ ਮਾਰਦਿਆਂ। ਆ ਸਦਕੇ ਜਾਵਾਂ ਤੇਰੀਆਂ ਕਾਲੀਆਂ ਤੋਂ। ਓ ਚੱਲਿਆ, ਵੈਰ ਤੇ ਦਾਰੂ ਜਿੰਨਾ ਪੁਰਾਣਾ ਹੋ ਜਾਏ ਓਨਾ ਹੀ ਸਵਾਦ ਦਿੰਦਾ ਹੈ। ਹੌਸਲਾ ਰੱਖ, ਹੌਸਲਾ ਹੌਸਲਾ। ਓਏ ਤੱਤੇ ਕੌਲੇ ਨਾ ਹੋਵੋ, ਅੱਜ ਕੱਲ੍ਹ ਹੀ ਸਾਡੇ ਸਿਕੰਜੇ ਚ ਆਉਣ ਵਾਲਾ ਹੈ।
वाह रानी जी माँ जी कितने चली है पुत्र ओ माँ जी मैं खूह ते चली सा ते है हाथी च की लुकाया ही कुछ नहीं माँ चूड़ी है चूड़ी चूड़ी किधर ले लेके चल रही है माँ ओ, ओ। माँ नल झूठ ना बोलती है चेड़े पैंडे तू टूट पई है वो बड़े औखे ते मुश्किल ने माँ जी चन्न असमाना दा चन्न ते तू जमीन दी मिट्टी है दोवां दा मिलाप कदी नहीं हो सकता तीए ऐ बद्दुआ ना दे माँ वेले दी हनेरी चले ते जमीन दी मिट्टी उड़ के चंदे गल ना लग जांदी है ऐ कहावतां लिखियां ते पढ़ियां जांदियां ने जिंदगी दी हकीकत नाल इहनां दा कोई तालुक नहीं हुंदा मैं ते सिर्फ तैनूं समझा ही सकनी हां तीए किधरे तैनूं पछताना ना पवे मैनूं अपने प्यार ते यकीन है मां चन्न मैनूं कदी धोखा नहीं देवेगा रानी सारियां तैनूं खूह ते उड़ीकदियां पईआं ने ते तूं अजे तिकर घर ही है अच्छा मां मैं जल्दी आ जावांगी चंगा तीए चला चलिए चन्न नूं बुकले च लुकाना चाहनी है किन्नी कमली है तू की गल है रानी जदों दी आई चुपचाप बैठी आन लग्या मां ने क्या सी कि तू आसमाना दा चन्न ते मैं जमीन दी मिट्टी जिदा कदी मिलाप नहीं हो सकता अपनी मां नूं आखी कि आसमाना दा चन्न टुट के जमीन ते अपनी रानी लई आ जाएगा अपने प्यार ते पूरा यकीन है कि साडे सच्चे प्यार नूं सारी दुनिया सलाम करेगी ओए कल्ले ही आयो अलमास सानू मिलन क्यों नहीं आई ओ तैनू मिलन वास्ते मछली वांगो तड़प रही है नायका मां ने पाबंदी ला दित्ती है ओ कहंदी है जेला च रुलन वालिया दे पिछे नहीं जाईदा अस साडे रिहा होण विच दिन बाकी ने नायका ही मार देंगा बीबी जी कहने सोने दे अंडे देने वाली मुर्गी ताले हवाले का के आप छंगना बजाएगी भोले बादशाह पुराने तमाश बिना बुला के आज मुजरा कराएगी नहीं नहीं Thank you.
ਮਾਨਾ ਅਲਮਾਰ ਤੇ ਕਿਵਾਂ ਨਾਦਰ ਦੀ ਸੂਰਤ ਵੇਖੇ ਬਗੈਰ ਕਿਵੇਂ ਲੈ ਸਕਦਾ ਮਾਂ ਤੂੰ ਮੈਨੂੰ ਨਾਦਰ ਨੂੰ ਮਿਲਣ ਜੇਲ੍ਹ ਕਿਉਂ ਨਹੀਂ ਜਾਣ ਦਿੱਤਾ ਹਵਰੇ ਉਹ ਮੇਰੇ ਬਾਰੇ ਚ ਕੀ ਸੋਚਦਾ ਹੋਵੇਗਾ ਝੱਲੀ ਜੀ ਨਾ ਹੋਵੇ ਤੇ ਐਸ ਕੋਠੇ ਤੇ ਆਉਣ ਵਾਲੇ ਤਮਾਸ਼ ਬਿਨਾਂ ਨਾਲ ਸਾਡਾ ਰਿਸ਼ਤਾ 11 ਵਜੇ ਜੁੜਦਾ ਤੇ 1 ਵਜੇ ਟੁੱਟ ਜਾਂਦਾ ਮੇਰੀ ਜਾਨ ਸਾਡਾ ਪੇਸ਼ਾ ਤਮਾਸ਼ ਬਿਨਾਂ ਨੂੰ ਰੋਗੀ ਕਰਨਾ ਹੈ ਆਪ ਰੋਗ ਲਾਣਾ ਨਹੀਂ ਮਾਂ ਤੂੰ ਸਮਝਦੀ ਕਿਉਂ ਨਹੀਂ ਨਾਦਰ ਤਮਾਸ਼ ਵੀ ਨਹੀਂ ਅਲਮਾਸ ਦਾ ਪਿਆਰ ਹੈ ਕੰਜਰੀ ਕਿਸੇ ਦਾ ਪਿਆਰ ਨਹੀਂ ਤੇ ਬਦਮਾਸ਼ ਕਿਸੇ ਦਾ ਯਾਰ ਨਹੀਂ ਨਾਦਰ ਦੇ ਸੁਪਨੇ ਵੇਖਣੇ ਛੱਡ ਦੇ ਕੰਜਰੀਏ ਨਾਦਰ ਜੇਲੋਂ ਬਾਹਰ ਆ ਵੀ ਗਿਆ ਇਸ ਨੂੰ ਕਤਲ ਕਰ ਦੇਣਾ ਹੈ ਤੇਰੇ ਨਾਲ ਦਾ ਬੇਸ਼ਰਮ ਬਦਮਾਸ਼ ਵੀ ਇਸ ਬਾਜ਼ਾਰ 'ਚ ਕੱਟ ਹੀ ਜਾਂਦਾ ਹੈ ਨਾਦਰ ਕੋਲੋਂ ਨੱਕ ਕਟਵਾ ਕੇ ਹਰ ਵੇਲੇ ਪੁੱਛ ਦੇ ਖਲੋਤਾ ਰਹਿਣਾ ਹਾਏ ਓਏ ਸੋਹਣੀ ਲੱਗੀ ਏ ਸੋਹਣੀਏ ਤੇਰੀਆਂ ਇਹਨਾਂ ਦਾਵਾਂ ਨੇ ਤੇ ਮਾਰ ਥਾਂ ਸੁੱਟਿਆ ਤੂੰ ਗਾਂਧੀ ਵੀ ਉੱਚੇ ਸੁਰਾਂ 'ਚ ਤੇ ਬੋਲਦੀ ਵੀ ਢੇਰ ਉੱਚੇ ਸੁਰਾਂ 'ਚ ਤੇਰੇ ਕੋਠੇ ਤੇ ਫੇਰਾ ਇਸ ਲਈ ਪਾਈਦਾ ਹੈ ਤੇ ਤੂੰ ਕਿਧਰੇ ਇਹ ਨਾ ਸਮਝ ਲਵੇਂ ਕਿ ਸਾਡੇ ਕੋਲ ਨੋਟ ਮੁੱਕ ਗਏ ਨੇ ਇਹ ਸਾਡੀ ਜ਼ਿੱਦ ਹੈ ਕੈਸੇ ਤੇਰਾ ਮੁਜਰਾ ਨਾਦਰ ਦੀ ਲਾਸ਼ ਤੇ ਕਰਾਵਾਂਗੇ ਤੇ ਸਰੇਆਮ ਕਰਾਂਗੇ ਸਰ ਨਾਦਰ ਹਾਜ਼ਰ ਹੈ ਬੁਲਾਓ ਸਲਾਮ ਸਾਹਿਬ ਕਿਵੇਂ ਯਾਦ ਕੀਤਾ ਹੈ ਮੈਨੂੰ ਤਿੰਨ ਹਫ਼ਤੇ ਪਹਿਲੇ ਮੈਂ ਮੱਛ ਜੇਲ੍ਹ ਤੋਂ ਟ੍ਰਾਂਸਫਰ ਹੋ ਕੇ ਇੱਥੇ ਆਇਆ ਤੇ ਸਭ ਕੈਦੀਆਂ ਦੀਆਂ ਫਾਈਲਾਂ ਪੜੀਆਂ ਨੇ ਤੇਰੀ ਫਾਈਲ ਪੜਨ ਦਾ ਵੀ ਇਤਫਾਕ ਹੋਇਆ 100 ਪਿੰਡਾਂ ਤੇ ਬੇਬਹਾ ਜ਼ਮੀਨਾਂ ਦੇ ਮਾਲਕ ਚੌਧਰੀ ਬੁਲੰਦੇ ਦੇ ਪੁੱਤਰ ਦੀ ਗ੍ਰਿਫਤਾਰੀ ਇੱਕ ਤਵਾਇਫ ਦੇ ਕੋਠੇ ਤੋਂ ਹੋਵੇ ਇਹ ਮੇਰੀ ਸਮਝ 'ਚ ਨਹੀਂ ਆਇਆ ਇਹ ਸਭ ਕੀ ਹੈ ਮੈਂ ਤੇਰੀ ਜ਼ਬਾਨੀ ਸੁਣਨਾ ਚਾਹੁੰਦਾ ਜੇਲਰ ਸਾਹਿਬ ਅਲਮਾਸ ਨਾਲ ਮੈਂ ਜ਼ਿੰਦਗੀ ਤੋਂ ਵੱਧ ਪਿਆਰ ਕੀਤਾ ਹੈ ਇੱਕ ਦਿਨ ਚੌਧਰੀ ਜੀ ਜਦੋਂ ਦਾ ਤੁਹਾਡਾ ਪਿਆਰ ਮਿਲਿਆ ਉਦੋਂ ਦਾ ਅਲਮਾਸ ਨੂੰ ਯਕੀਨ ਹੋ ਗਿਆ ਕਿ ਇਸ ਬਾਜ਼ਾਰ ਜਵਾਨ ਹੋਣ ਵਾਲੀ ਹਰ ਤਵਾਇਫ ਬਦਨਸੀਬ ਨਹੀਂ ਹੁੰਦੀ ਓਏ ਤੂੰ ਵੀ ਤੇ 100 ਮਰਬਿਆਂ ਦੇ ਮਾਲਿਕ ਚੌਧਰੀ ਬੁਲੰਦਰ ਦੇ ਪੁੱਤਰ ਨੂੰ ਇਸ ਦੀ ਖੈਰ ਪਾ ਕੇ ਫਕੀਰ ਹੀ ਬਣਾ ਦਿੱਤਾ ਹੈ ਚੌਧਰੀ ਨਾਦਰ ਪੁੱਤਰ ਹੈ ਉਸ ਚੌਧਰੀ ਦਾ ਜਿਹੜਾ ਆਪਣੀ ਪਹਿਲੇ ਕਿਸੇ ਨੂੰ ਪੈਰ ਨਹੀਂ ਪਾ ਦਿੰਦਾ ਤੂੰ ਤੇ ਸਾਡੇ ਦਿਲ ਤੇ ਹਾਰਦੀ ਪਾ ਲਿੱਤਾ ਹੈ ਨਿਸ਼ਕਾ ਬਿਟੀਏ ਛੇਤੀ ਨਾ ਕਿਧਰੇ ਲੁਕ ਜਾ ਨੱਜਾ ਤੇ ਨੀਫਾ ਆ ਰਹੇ ਨੇ ਸੇ ਬਦਮਾਸ਼ੀ ਦਾ ਨੱਕ ਹੋਈਏ ਸਾਡੇ ਡੇਰੇ ਤੇ ਇਸ਼ਤਾਰੀਆਂ ਤੇ ਮਫਰੂਰਾ ਦਾ ਠੱਠ ਹੋਵੇ ਤੇ ਸਾਨੂੰ ਇਨਕਾਰ ਕਰਨ ਵਾਲਾ ਮੌਤ ਦੀ ਡੋਰੀ ਤੇ ਟੁਰ ਪੈਂਦਾ ਓ ਨੱਚਣ ਵਾਲੀਏ ਤੂੰ ਸਾਡੇ ਆਰਡਰ ਤੇ ਵੀ ਮੁਜਰਾ ਕਰਨ ਵਾਸਤੇ ਨਹੀਂ ਆਈ ਤੇਰੀ ਸਜ਼ਾ ਇਹ ਵੇ ਕਿ ਤੇਰਾ ਨੱਕ ਵੱਢ ਦਈਏ ਓਏ ਜੇ ਬਾਜ਼ਾਰ ਵਿੱਚ ਤੁਹਾਡੀ ਬਦਮਾਸ਼ੀ ਦੀ ਆਵਰੂ ਬਣੀ ਹੋਈ ਹੈ ਨਾ ਤਾਂ ਬਣੀ ਰਹਿੰਦੇ ਹੋ ਤਈ ਤੇ ਮੇਰੇ ਹੱਥੋਂ ਜ਼ਲੀਲ ਹੋ ਜਾਓਗੇ ਤਵਾਇਫ ਸਾਹਮਣੇ ਸੁਰਮਾ ਬਣ ਕੇ ਪੇਸ਼ ਹੋਣ ਵਾਲੇ ਤਮਾਸ਼ਬੀਨ ਬੇਮਾਤ ਮਾਰੇ ਜਾਂਦੇ ਨੇ ਚੌਧਰੀਆਂ ਅਸੀਂ ਕਦੀ ਮੱਛਰ ਮਾਰ ਕੇ 302 ਨਹੀਂ ਲਵਾਈ ਚਾਹ ਤਾਂ ਚਲਾ ਜਾ ਨਹੀਂ ਤੇ ਲਮਾਸ ਦਾ ਨੱਕ ਵੱਢਣ ਤੋਂ ਪਹਿਲਾਂ ਅਸੀਂ ਤੈਨੂੰ ਵੱਢ ਦਿਆਂਗੇ ਸ਼ਸ਼
चलिया सेशन कोर्ट ने मैनू 10 साल की सजा सुना दी। मेरे प्यो चाचे ते भरावां ने ओही पता है कि मेरा झगड़ा किसी नाल हो गया सी। हुकूमत ने तेरे अच्छे चाल चलन की वजह नाल तेरी सजा माफ करने का फैसला किया है। मेरे ख्याल जेलों बाहर जाके तू एक अच्छा इंसान बनने की कोशिश करेगा ते तेरे हाथ दोबारा इंसानी खून नाल नहीं रंगे होंगे। नहीं साहब नहीं, एक कोई ते गल है नादर चौधरी झूठ नहीं बोलता। बाहर जाके अपने प्यो को मंगे हुए दुश्मन की मौत जरूर बनांगा, जरूर बनांगा। इंशाल्लाह चौधरी जी इस साल अपने बागा नु फल बेहिसाब लगेगा। ये सब मेरे मालिक का करम है शेख खान। नानी नानी कुड़ी कौन है? चौधरी साहब नाल दे पिंड दी माई हाजरा दी धी है। चौधरी जी प्यार कर दिए साडे चन्नल एहो कहना चाहनी है ना? पर चौधरी जी ये सब झूठ है। तू तो तेरी थी चन्नल नहीं साड़ी जगीर नाल प्यार कर दे हो। बोल साढ़े चंदा पीछा छड़न दी कीमत की लेंगी? नहीं चौधरी जी नहीं, मेरी गुरबत का मजाक ना उड़ाओ। असी ते ताड़ियां जगीर दियां खैरां मंगन वाले लोग हां। असी ताड़ी जगीर का खाप भी नहीं देख सकते, असी ते ऐसा सोच भी नहीं सकते। गल तेनू भी समझानी सी। मैं ते बड़ा ही समझाया सी चौधरी जी, पर अन्ना इश्क कदों समझदा है। तुसी फिकर ना करो चौधरी जी, मैं अपनी धी नू लैके इस पिंड चो बहुत दूर चली जावांगी। पर फिर भी तू ओदे दिल चो चंदा प्यार नहीं कर सकेंगी। ते फिर मैं अपनी धी दा गला कुट देनी हां ते आप जहर खा लेनी हां, फिर तू खुश होवोगे ना? नहीं, पर ये सजा ते तेरे लिए बहुत छोटी होगी। मैं फैसला कर लिया, तू तीन सुबह जोड़ा पवाएगी ते मैं चन्नू सेरे बन के ले आवांगा। चौधरी जी चौधरी जी ओ नहीं बहना नहीं, हूं तो तू साड़ी कुलमुनी बन गई है। मैं तो तेरा इम्तहान ले रहा सा, कोई चंगा दिन देख के मैं चंदा शरण लेके आवांगा। अच्छा भाई खुदा हाफिज। रब राखा रब राखा। मां जी रानी मां जी जिंदी रहती है। सलाम अल्लाह चौधरी जी।
वालेकम असलाम। ओ छेती नाल दसो मैनू कादे लई बुलाया जी? ओ बहुत है का लिया, असी सुनया तू अपनी ती बरादरी बार टोला लगा। ओ वेखो ना बरादरी च कोई चाहिदा रिश्ता नहीं सी, ते मैं ते धीरे हथ पीले करने ही सन। ओए बदखबरी है ना, किसी दी हवेली साडे कोलो उच्ची, ना किसी दी जगीर साडे कोलो वड्डी, ना किसी दा वचका साडे कोलो वड्ड। फिर तू की सोचया साडे पुत्तर किसे कोलो घट सन के तू ती बार रहण लगा? ओ मैनू धी दे सुख चाहिए ने चौधरी बुलंदिया, मैं तेरे अभी वैली पुत्र नाल ब्याहन तो चंगा है अपने हथी ओदा गला ना कट दे। रात दी कोड़ किरली ते चतीड़ा नू जत्थे। ओए मेरे सामने मेरे पुत्रां नू अभी वैली कहना ऐसा सिर ला के पिंड दे चौके टंग दे अब्बा, ताकि लोगों को पता लगे कि शरीर की वजह नाल असी अपनी अख नहीं आती। रब दे कह तू डरो है अत खुदा ना डर नहीं। जा दफा जा थो, याद रखिया है तेरे धी की डोली सिर्फ चौधरी बुलंदे की हवेली में आनी हो, किसे होर की चंच तेरे बूहे ते नहीं टुक सकती, नहीं ही टुक सकती। दफा जा थो। खुदा बख्श नू डेरे ते बुला के बेइज्जत करना, एदे कोलों इहदी धी दा रिश्ता मंगना, इह ज्यादती है लाला जी। हैदर इह उहनां दा आपस दा बराजी दा मसला यार, इहदे च असीं कुछ नहीं कर सकते। तुसीं सब कुछ कर सकते हो चौधरी साहब, जिस जमीन दे लालच च आ के बुलंदे ने ते उहदे पुत्र माजू ने मैनू बेइज्जत कीता, उह जमीन मेरे कोलों खरीद लवो, नहीं ते उहने जबरदस्ती कब्जा कर लेना। तुहाडे कोलों मिलण वाली रकम नाल मैं धी नूं इज्जत नाल टोर लवांगा, ते नाले बुलंदे दे डर तो होर कोई जमीन नहीं खरीदेगा। जा जाके अपनी जमीन दे कागज बनवा, मैं तैनूं मूंह मंगी रकम जरूर देंगा। तुहाडे कोल आण तो पहले मैं अपनी सारी जमीन तुहाडे नां करके आया वा चौधरी साहब, पटवारी कागज लैके आउंदा ही होणा। ओए पटवारिया, तैनूं खुदा बख्श दी जमीन कादरे दे नां चढ़ाण दी जरूरत किस तरह होइए? चौधरी जी रकबा खुदा बख्शता, रकम चौधरी कादर दी ते रजिस्ट्री अदालत ने की थी, मैं ते सिर्फ कागजां च इंतकाल ही कीता जी। फिकर वाली कोई गल नहीं बुलंदिया, खाली जमीन कादरे कोल रहेगी, असी ओनू खाली चो पानी नहीं लान देना। पर लाला पानी ते सरकारी है, कादरे का भी वो ओना ही हक है जिन्ना साडा। हक तारा को हक थोड़िए तो फिर जमीन चपड़िया नीह पक्या होंदा ने अब्बा, सारे पिंड च चुराहट करने लई कुछ सिरा नू लाना पैगा, कुछ जबाना फटनिया पैगिया, कुछ हक थोड़े पैगे। माजू ठीक कहता लाला, जमीना सुक जान ते फिर बंजर जमीन चौधरी कादरे कोलो कौडियां दे पा खरीद लांगे। अशके भाई अशके, ओए ते मैं सोचा ही नहीं सी, जाए ते जाके कादरे दी जमीना दा पानी बंद कर दियो। बंद कर दो, चलो।
फिर मेरे हवाले कर दे। और बंदूकड़ी फड़ के शेर की खचार में आ गया बलूंगड़िया, साढ़े डेरे से आके चार फुटा के चला दी तेरी इस पुल माफ करना। जा चला जा, सानू नहीं पता तेरे भरावान का कातल कौन है। तकदीर का फैसला समझ के सिर चुका ले चन, ते समझ ले अज मौत तेरे भरावान वाल आई है, कल तेरे सिर से भी आ सकती है। लाले सारे जग कौन कातल है, कौन तुहाडा सज्जन, एदा तानू की में पता लग सकता है। और फिर मुनाफका दा सारा टोला ही मार देगा, एदा च कोई ते होवेगा ना मेरे भरावां दा कातल। मारो इना मारो कि चीका मारे
ਤੇ ਲੋਕਾਂ ਨੂੰ ਦੱਸੇ ਕਿ ਸਾਡੇ ਵਰਗਾ ਸੱਚਾ ਕੋਈ ਨਹੀਂ ਤੇ ਇਹਨਾਂ ਜੇ ਵਰਗਾ ਝੂਠਾ ਕੋਈ ਨਹੀਂ। ਲੈ ਚਲੋ ਇਹਨੂੰ। ਚਲਾ ਜਾ ਤੇ ਕਦੀ ਕਾਨੂੰਨ ਨੂੰ ਆਪਣੇ ਹੱਥ ਚ ਨਾ ਲਈ ਤੇ ਦੂਜੀ ਗੱਲ ਕਦੀ ਵੀ ਚੌਧਰੀ ਬੁਲੰਦੇ ਦੀ ਹਵੇਲੀ ਚ ਪੈਰ ਨਾ ਪਾਈ। ਮੈਂ ਤੈਨੂੰ ਯਕੀਨ ਦਵਾਉਣਾ ਉਹ ਤੇਰੇ ਭਰਾਵਾਂ ਦੇ ਕਾਤਿਲ ਨਹੀਂ। ਡਿਪਟੀ ਮੇਰੇ ਭਰਾਵਾਂ ਦੇ ਕਾਤਿਲ ਜ਼ਮੀਨ ਦੀ ਸੱਤਵੀਂ ਤਹਿ ਵਿੱਚ ਵੀ ਹੋਣ ਲੱਭ ਲਗਾ। ਕਿਉਂ ਭਰਨ ਲੱਗ ਪਈ ਹੈ? ਅੱਥਰੋਂ ਸਾਫ ਕਰ ਲੈ ਪੁੱਤਰਾ, ਮਰਨ ਵਾਲਿਆਂ ਨੂੰ ਅੱਥਰੋਂ ਦੀ ਸਜ਼ਾ ਨਹੀਂ ਦੇਈਦੀ, ਦੇਈ ਦੇਈਦੀ। ਲੱਖ ਰੁਕਿਆ ਨਹੀਂ ਰੁਕੇ, ਦਿਲ ਦਾ ਫੱਟ ਅੱਥਰ ਬਣ ਕੇ ਡੁੱਲ ਪਿਆ ਲਾਲਾ। ਚੌਰੀ ਸਾਹਿਬ, ਚੌਰੀ ਸਾਹਿਬ, ਡਿਪਟੀ ਜਾਫਰ ਨੇ ਚੰਨ ਦੀਆਂ ਕੜੀਆਂ ਖੋਲ ਕੇ ਘਰ ਭੇਜ ਦਿੱਤਾ। ਉਹ ਇਸ ਲਈ ਕਿ ਚੌਧਰੀ ਬੁਲੰਦੇ ਵੱਲੋਂ ਕੋਈ ਵੀ ਮਦਈ ਥਾਣੇ ਹੀ ਨਹੀਂ ਪਹੁੰਚ ਸਕਿਆ। ਇਹ ਕੀ ਕਹਿ ਰਹੀਆਂ ਮੰਗਿਆ? ਮੈਨੂੰ ਤੇ ਇਹਦੇ ਵਿੱਚ ਚੌਧਰੀ ਬੁਲੰਦੇ ਦੀ ਕੋਈ ਚਾਲ ਨਜ਼ਰ ਆਉਂਦੀ ਏ। ਬੁਲਸਾ, ਕੰਜਰਾਂ ਤੇ ਬਦਮਾਸ਼ਾਂ ਤੇ ਲੋਕ ਇਸ ਲਈ ਇਤਬਾਰ ਨਹੀਂ ਕਰਦੇ ਕਿ ਤੁਸੀਂ ਲੋਕ ਇੱਕ ਤੀਰ ਨਾਲ ਦੋ ਸ਼ਿਕਾਰ ਕਰਦੇ ਹੋ। ਦੋ ਚਿੱਠੀ ਤੈਨੂੰ ਲੋਟਾਂ ਦਾ ਚੜਾਵਾ ਵੀ ਚੜਾਇਆ, ਫਿਰ ਵੀ ਚੰਨ ਗ੍ਰਿਫਤਾਰ ਨਾ ਹੋਇਆ ਤੇ ਨਾ ਤੂੰ ਉਹਦੇ ਤੇ 302 ਲਾਈ ਤੇ ਬੰਦੇ ਵੀ ਸਾਡੇ ਫੱਟੜ ਹੋਏ। ਤੱਤੇ ਤੇ ਕੋਲੇ ਨਾ ਹੋ ਚਾਹੁੰਦੇ ਹੋ? ਜੇ ਕਾਨੂੰਨ ਚੰਨ ਤੇ ਪਰਚਾ ਕੱਢਦਾ ਤੇ ਕ੍ਰਾਸ ਪਰਚਾ ਤਾੜੇ ਤੇ ਵੀ ਹੋਣਾ ਸੀ ਤੇ ਤੁਸੀਂ ਖੂਹ ਚੋਂ ਨਿਕਲ ਕੇ ਖਾਤੇ ਚ ਆ ਜਾਣਾ ਸੀ। ਕਾਨੂੰਨ ਦੀਆਂ ਰਮਜ਼ਾਂ ਅਸੀਂ ਨਹੀਂ ਜਾਣਦੇ ਡਿਪਟੀ, ਨਾ ਹੀ ਤੂੰ ਸਾਨੂੰ ਦੱਸ। ਅਸੀਂ ਵੈਲ ਵਿਆਹਣਾ ਹੈ ਤੇ ਗੱਜ ਵੱਜ ਕੇ ਵਿਆਹਣਾ ਹੈ। ਤੇ ਫਿਰ ਜਾਓ ਚੌਧਰੀ, ਗੱਜ ਵੱਜ ਕੇ ਜਾਓ, ਚੰਨ ਤੇ ਚੌਧਰੀ ਦਾ ਕੁੱਟ ਭਰ ਲਓ। ਜਿਵੇਂ ਪਹਿਲੇ ਕਤਲਾਂ ਚ ਤੁਹਾਡਾ ਨਾਂ ਨਹੀਂ ਸਿਆਣ ਦਿੱਤਾ, ਵਾਧਾ ਹੀ ਜਾਫਰਦਾ, ਇਹਨਾਂ ਕਤਲਾਂ ਵਿੱਚ ਵੀ ਤੁਹਾਡਾ ਨਾਂ ਨਹੀਂ ਆਵੇਗਾ। ਜੀ ਮੈਂ ਕੀ ਕਰਾਂ, ਜੇ ਮੈਂ ਇੰਜ ਹੁੰਦਾ ਤੇ ਟਰੈਕਟਰ ਇੰਜ ਹੁੰਦਾ। ਓਏ ਕੀ ਮਤਲਬ? ਉਹਨੇ ਜੀ ਠੀਕ ਹੋਇਆ, ਉਹਨੂੰ ਠੀਕ ਕਰਾਇਆ ਨਹੀਂ ਸੀ, ਉਹ ਕੱਲ ਫੇਰ ਖਰਾਬ ਹੋ ਗਿਆ। ਆ ਚੱਲ ਫਿਰ ਚੱਲੀਏ ਉਸ ਮਿਸਤਰੀ ਵੱਲ ਜਾ ਕੇ ਵੇਖ। ਮੈਂ ਕਿਹਾ ਜੀ ਉਹਦੀ ਇੱਕ ਜਵਾਨ ਭੈਣ ਵੀ ਜੇ। ਉਹ ਕਿੱਧਰ ਜਾ ਰਹੇ ਹੋ? ਮੈਂ ਕਿਹਾ ਚੌਧਰੀ ਸਾਹਿਬ ਕਿੱਧਰ? ਉਹ ਟਰੈਕਟਰ ਫੇਰ ਖਰਾਬ ਹੋ ਗਿਆ ਤੇ ਤੂੰ ਡੇਰੇ ਤੇ ਰਹਿਣਾ? ਡੇਰੇ ਤੇ ਰਹਿਣਾ ਇੱਥੇ? ਉਹ ਮੇਰੇ ਰੱਬਾ, ਮੈਂ ਡੇਰੇ ਤੇ ਹੀ ਰਹਿਣਾ, ਭਾਵੇਂ ਡੇਰੇ 'ਚ ਹੈਗਾ ਫੈਲ ਜਾ। ਮੈਂ ਇੱਥੇ ਕੱਲਮ ਕੱਲਾ ਬੈਠਾ, ਦੂਸਰਿਆਂ ਦੇ ਕੁੱਕੜਾਂ ਨੂੰ ਦਾਣਾ ਪਾਉਂਦਾ ਰਹਿੰਦਾ ਵਾ। ਓਏ ਮਹਿੰਗਿਆ, ਮਿਸਤਰੀ ਕੋਲ ਜਾਣਾ, ਇਹ ਤੁਹਾਡੇ ਨਾਲ ਕਿਤੇ ਹੋਰ ਨਾ ਜਾ ਕੇ ਫੇਰਾ ਪਾ ਲੈਣਾ। ਮਾਂ, ਕੀ ਗੱਲ ਹੈ ਮਾਂ? ਕਿਹੜੀ ਸੋਚਾਂ ਚ ਗੁੰਮੇ? ਮੈਂ ਆਪੇ ਸੋਚਣੀ ਆ ਧੀਏ, ਜੇ ਤੇਰਾ ਬਿਸ਼ਤੀ ਪਿਓ ਇਹ ਜ਼ਮੀਨ ਦਾ ਟੋਟਾ ਨਾ ਛੱਡ ਕੇ ਜਾਂਦਾ
ते असी जिउंदे जी मर जाना सी। चौधरी बुलंदे ने ते बड़ी कोशिश कीती है समीन ते कब्जा करन दी। मां चौधरी अखमान दा हक सिर्फ चंद ते उन्दे वड्डे भरा नूं है, ते बुलंदा बुलंदे दे भरा ते पुत्तर बस ना दी चौधरी ने। ਮਈ ਤਾਣਿਆਂ ਦੀ ਲੋੜ ਸੀ ਤੇ ਆਪਣੀ ਧੀ ਨੂੰ ਸਾਡੇ ਗੁਰਾਂ ਤੇ ਭੇਜ ਦਿੰਦੀ, ਉਹ ਭਾਵੇਂ ਭਰੋਪਾ ਭਰ ਲੈਂਦੀ ਤੇ ਭਾਵੇਂ ਭਰੋਲਾ। ਇਹ ਸਾਡਾ ਹੱਥ ਨਾ ਡੱਕਦੀ ਤੇ ਅਸੀਂ ਇਹਦਾ ਹੱਥ ਨਹੀਂ ਸੀ ਡੱਕਣਾ। ਸਾਨੂੰ ਤੇ ਤਰਸ ਆ ਰਿਹਾ ਧੀ ਦੀ ਹੀਰੇ ਵਰਗੀ ਜਵਾਨੀ ਨੂੰ ਮਾਂ ਨੇ ਮਿੱਟੀ ਚ ਰੋਲ ਦਿੱਤਾ। ਵੇ ਚੌਧਰੀਓ, ਜੇ ਰੱਬ ਨੇ ਤੁਹਾਨੂੰ ਪੱਕੀਆਂ ਹਵੇਲੀਆਂ ਦਾ ਮਾਲਕ ਬਣਾ ਹੀ ਦਿੱਤਾ ਤੇ ਫਿਰ ਕੱਚੇ ਘਰਾਂ ਵਿੱਚ ਚਾਤੀ ਮਾਰਨਾ ਛੱਡ ਦਿਓ, ਨਹੀਂ ਤੇ ਅੰਨੇ ਹੋ ਜਾਓਗੇ ਅੰਨੀ ਦਿਓ। ਹਾਏ ਹੋਏ, ਅੰਨੇ ਤੇ ਅਸੀਂ ਤੇਰੀ ਭਰੀ ਜਵਾਨੀ ਵੇਖ ਕੇ ਹੋ ਗਏ ਆ। ਓਏ ਅੰਨੇ ਪੈਂਦਿਆਂ ਤੇ ਹੁਣ ਤੇਰੀ ਮਾਂ ਦੇਖੀ ਆਏ ਹੋਏ। ਓਏ ਲਾਣਾ ਤੇ ਤਾਜੇ ਤੇ ਅਖਵਾਲਾ ਸੂਰਮਾ ਤੱਕੇ ਮਾਂ ਨੂੰ ਫਿੱਟੇ ਮੂੰਹ। ਹਲਾਕੀ ਤੌਰ ਤੇ ਬੰਦਾ ਕੁੜੀ ਨੂੰ ਛੇੜ ਹੀ ਲੈਂਦਾ, ਉਹ ਲਾਂਤੀ ਉਹ ਨਾਲ ਮਾਂ ਨੂੰ ਹੀ ਛੇੜਨ ਡੈ ਜੇ ਫਿਰ ਮੂੰਹ ਤੁਹਾਡੀਆਂ ਜ਼ਿੰਦਗੀਆਂ ਦਾ। ਇੱਥੋਂ ਚਲਾ ਜਾ, ਨਹੀਂ ਤੇ ਤੇਰਾ ਭਰਾ ਕਾਦਰ ਦਰ ਦਰ ਤੇ ਤੇਰੀ ਲਾਸ਼ ਲੱਭਦਾ ਫਿਰੇਗਾ। ਨਿਵਾ ਨਿਵਾ ਹੋ ਕੇ ਨਿਕਲ ਜਾ, ਸੋਹਣਾ ਮਸ਼ੂਕ ਵੇਖ ਕੇ ਅਸੀਂ ਜ਼ਾਰੀ ਹੋ ਜਾਂਦੇ ਹਾਂ। ਤੁਸੀਂ ਆਪਣੀ ਹਵੇਲੀ ਚ ਚਾਤੀ ਨਹੀਂ ਮਾਰੀ, ਸੋਹਣੀ ਤੇ ਤੁਹਾਡੀ ਭੈਣ ਵੀ ਕੱਟ ਨਹੀਂ। ਗੈਰਤਾਂ ਦਾ ਲਹੂ ਡੁੱਲ ਗਿਆ ਤੇ ਧਰਤੀ ਬੰਜਰ ਹੋ ਜਾਏਗੀ। ਅੱਜ ਤੁਹਾਨੂੰ ਮਾਂ ਦੇ ਸਦਕੇ ਮਾਫ ਕੀਤਾ ਜੇ, ਓਏ ਅੱਜ ਤੋਂ ਬਾਅਦ ਅਸੀਂ ਹਰਕਤ ਕੀਤੀ ਤੁਹਾਡੀ ਹਵੇਲੀ ਦੀ ਹਰ ਕੁੱਤਾ ਲਈ ਚੁੱਕ ਲਿਆਵਾਂਗਾ। ਰੱਬ ਹਯਾਤੀ ਕਰੇ ਚੌਧਰੀ ਕਾਦਰ ਦੀ, ਜਿੰਨੇ ਚੰਦ ਚੌਧਰੀ ਨੂੰ ਇਸ ਤਰ੍ਹਾਂ ਦਾ ਰਾਖਾ ਬਣਾਇਆ। ਇਸਤਾ ਤੇ ਖੈਰਤਾ ਦੇ ਮੈਦਾਨ ਚ ਨਾ ਚੌਕ ਚੰਨ ਨੇ ਮਾਰੀਏ ਨਾ ਚੌਕ ਮਾਰ ਕੇ ਫੈਸਲਾ ਲਾਲੇ ਕਾਦਰ ਨੇ ਕੀਤਾ। ਓਏ ਬਸ਼ੀਰਿਆ, ਓਏ ਮੰਗਿਆ, ਕਿੱਥੇ ਮਰ ਗਏ ਨੇ? ਇਹ ਜੀ ਚੌਧਰੀ ਜੀ, ਅਸਲਾਮ ਵਾਲੇਕੁਮ ਚੌਧਰੀ ਜੀ। ਉਹ ਬਸ਼ੀਰ ਤੇ ਮਹਿੰਗਾ ਨਜ਼ਰ ਨਹੀਂ ਆ ਰਿਹਾ, ਕਿੱਥੇ ਗਏ ਨੇ? ਇਹ ਚੰਨ ਚੌਧਰੀ ਤੇ ਮਹਿੰਗਾ ਮਿਸਤਰੀ ਅਹਿਮਦ ਹੀ ਨਲੇ ਗਏ ਨੇ ਤੇ ਬਸ਼ੀਰਾ ਘਰੋਂ ਰੋਟੀ ਲੈਣ ਗਏ। ਮਿਸਤਰੀ ਹਲ ਗਏ ਨੇ, ਪਰ ਮੇਰਾ ਦਿਲ ਕਹਿੰਦਾ ਹੈ ਚੰਨ ਅੱਜ ਆਪਣੀ ਚਾਨਣੀ ਵੱਲ ਗਿਆ।
रिहाई मुबारक हो भी नाल अज के दिन भी साडा प्यो सानू लैन नहीं आया बस डेरे तेरा इंतजार कर रहा है तू साडा पिंड से चल उथे चल के तेन सारा कुछ पता लग जाएगा चल आ चल आ शेर पुत्र जेल कट के आया सलाम चाचा जी असी जेल तो पिंड आ गया ते अब्बा सानू इत्थे भी नहीं मिलिया किधर है अब्बा खैर मंगी थी है पुत्र खैर मंगी थी है अब्बा साड़ी अख दी ओ पुतली है जिदे चो सानू जान नजर आंदा है कुछ दस जाए चाचा साढ़े को हो रहा है कोई ओला नहीं पुत्र जदों का चंद ते चौधरी ने सानू बेइज्जत किया बुलंदे ने यहो जी चुप की बुक्कल मारी है किसी के मत्थे नहीं लगता जब्बे ने वैर का पहाड़ तेरे मोढ़े ते ना रखा होता ते हुण तक सारे दुश्मन मार दते होंगे पर अब्बे की जिद है वैरियां नूं साडा शेर नजर ही मारेगा ते फिर अब्बे नूं कह देना मैं अपनी शक्ल उदों वखावांगा जदों वैरियां दी लाशां नाल उन्हां दा वेड़ा बर्बाद ना कर दिया कौन है तू जवाना हां दस मेरा ना ही चौधरी कादर है चौधरिया तेरी उम्र ते सजदे करन ते गुनाहों तो माफी मंगन दी है ओए पार जे दुश्मनी सिर ते क्यों चुक लियो अपनी शनाखत कराए कौन है तू जे किसी दुश्मन दा भेजा होया कोई चमचा है ते फिर वापस चला जा नहीं ते जवान की मौत मारा जाएगा और जावांगा ते मैं तेरी सरू नूं इस वजू चो कट के कुछ अथरू चंदे ले भी बचा के रख चौधरी ते मैं मार ही दिता है हुण चंद भी नहीं जिंदा रहेगा कमियां चंद कितने वे तू कौन है भाई ते की कहना चाहना नू मौत बन के आया वा ते वजूद चो रूह कट के ले जानी है और कोरन वर्दी मार ते वापस तुर जाते कदी पुल के भी चंद सामने ना आई अच्छा ते चंद तू है मेरे प्यो चौधरी बुलंदे दी चुपता चंद्रा तेरी लाश वेख के खुलेगा दुश्मना मैं तेरी लाश लैन फिर जरूर आऊंगा ओए 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 की कीता इना गया
और साड़ी मौत को अपने वाल मोड़ लिया ही। चंद जी असी तुहानू मालक नहीं, असी तुहानू अपना भरा समझने। चंद पुत्र, चंद पुत्र, वड्डे चौरी साहब नू किसी ने गोली मार दिती है। डिप्टी साहब मैं तुहानू कह रहा कि मैं उस अनजाने दुश्मन नू नहीं जानता, पर उसकी शक्ल सारी जिंदगी नहीं भूल सकता। तुहानू किसी ते शक है ते दसो ताकि मैं तफ्तीश शुरू करा। नहीं डिप्टी साहब नहीं, उस दुश्मन की तफ्तीश असी आप करांगे। तुसी गलती कर रहे हो चौधरी जी, मैं चाहना वा दुश्मन ना ताड़ी दोबारा टक्कर ना होवे। टक्कर तो जरूर होवेगी। मेरा पीवा वर्गा भरा हस्पताल च होवे, तेनू हस्पताल पहुंचाने वाले नू मैं कब्रिस्तान ना पहुंचावा, तो मैनू चंद चौधरी किन्ने कहने। तेनू पहले भी वार्निंग दी सी चंद के कानून नू हाथ च ना ले। डिप्टी साहब दुश्मन इको वार डेरे ते हवेली ते हमला कर गया ते तुसी इन्हां दे हाथ बनन डए हो। चंद पुत्र हाँ लाला, तो मेरे हाथों बच के नस गया। तू उस दुश्मन नू पहचानना है। जिस दिन सामने आ गया ओदी लाश तेरे थाने पहुंच जाएगी। ओए चौधरी बुलंदिया, जिद्दे पिछे कानून दी कंड होवे ओ पिंडा दे पिंड मार देंदे ने, ओए ताडे पुत्र नादुर कोल चंद ते चौधरी नहीं मरे। पैड़िया रन्ना वांगू मेरे ना मार डिप्टिया, कल मौत मेरा कोई रिश्तेदार है। ओ बच गए तो फिर की होया, मारते असि उन्होंने देना ही है। ओ पड़का ना मार, डिप्टी दी ते सुन कहंदा की है। ओए गोली ताड़ी दुश्मन कादरे नू लगी है ते चंद ते चौधरी ने कातिल नू वेख लिया है। बेहतर है नादिर नू कुछ दिन लई पूरा परा कर दियो। नादिर ते कदों दा शहर चला गया है? शहर चला गया? ओ शहर केड़ी मां कोल जांदा है? इलमास, इलमास धी राणी रात का पिछले पैर भी लंघता जा रहा है, तू हाली तक सुती नहीं? नींद आएगी ते सो जाएगी मां, तू जा जाके सो जा। बारे च सोचदिया सोचदिया तेनू नींदर नहीं आ रही, कानून भी करो ओदा एडी छेती आना बड़ा ही मुश्किल है। तेरी सोच गलत हो गई है मां, रब ने मेरी फरियाद सुन ली है, कानून ने नादर दी बाकी भी सजा माफ कर दी है। जा जाके गम दे दीवे बाल, वो बड़ी छेती बार आ रहे हैं। अलमास, अलमास नादर, अलमास जा मैं तेरे नानी बोल दी, जो दुदा जेलो बाहर आया एक बारी भी मैं मिलन नहीं आया, तेनु मेरी याद नहीं सी आंदी। बोली तू एक पल भी नहीं, पहले अपने प्यो की दुश्मनी दा नियंदरा लाण चढ़िया सा। एनिया गोलियां चलांदा फिरना, एक गोली मेरे सीने चो भी पार कर दे, असी हुण तेरे बगैर मर जावांगे। कल्या मैं भी नहीं रहना, तैनू नाल लेके जावांगा। सच कह रहे हैं? सड़िया अखा विच अखा पा के वेख, तैनू आ पता लग जाएगा।
बीबी जी तेरा खाना खराब हो गया, तू बर्बाद हो गए हो। बीबी जी ताड़ी कमाई से पानी फिर गया जे। ओ किस तरह मरो दसो होया की है ना तो चोदना छोटी बीबी नस रही है जी तेजी ने नसी है के मोटर वे से जाके उनका चलान हो गया है। उड़ कियो जाएगी भी किथे। ओहो बीबी जी उन डारियां बगल पहुंच जाओ हम गंदौर का जमाना आ गया। आई 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 का उस्ताद जी एक दिन फिर उन्हें इस कोठे से आना ही पड़ेगा। वो जिथे भी जाएगी मैं लब लाऊंगी। शान वाल तकन वाले चंद चौधरी दोनों ने मुका दिता है। ओ नदरिया मैं चल मरिया ना चौधरी ओए ओ ते दोहे चिंते ने ए अनहोनी कदी नहीं हो सकती। नादर मौत दे दे ते बंदा बच जाए। ओ माजू ठीक कहंदे नदरिया ए अनहोनी हो गई हूं। ओ जिन्हों तू चंद समझ के मारिया सी ओ चौधरी कादर दा कामा सी। उस पियो पुत्र ने साड़ी फरिया की बनी चौधराहट को मिट्टी छोल दिता है। और तेनू ते भरा कह दिया शर्म आ गई। तेरे कहन ते मैं अपना वैर तेरे मोढ़िया ते रखा सी पर तू ते चौधरी खानदान दिया ताड़ा नीविया कर दिया ने। ऐसा शेर की होया बा चंद कड़िया चंद चौधरी की जिंदगी बद गई है उन्होंने मार के ताड़े मथे लगांगा। हां हवेली ताड़ी होने वाली नूनू छड़ के आया वा बाकी दिया गल्ला आके दसांगा। मेरी होने वाली नू ओकड़ी एक गल तो दस भाभी लख गल्ला पूछने नाने तेरे मां प्यो जिंदे ने कली मां ही मां है साड़ी कोई मां नहीं तेने सब कुछ समझ लिया भाभी ते बाकी तेरे गवाचे हुए रिश्ते एथे तो लग जाएंगे। बानो ले पहचान कर ले भाभी ए मेरा चाचा है। सलाम चाचा जी। वालेकुम सलाम। ते चाचा ए ओ बच कर कुड़िए सानू ही अपनी होन वाली नूं नाल चार गल्लां रज के कर लैंदे। हुण दस तेरानी तू किहड़े पिंडू आई है। चाचा जी पिंड में पहली बारी वेख्या है। की नां है तेरा जी? अलमास। किस खानदान नाल तल्लुक है? मिट्टी दा कोई खानदान नहीं हुंदा। खानदान मैं दसूं बाप नहीं होंगे मावा होंदिया ने ते मावा की विरासत ही साडा पेशा है ते मैं इस तो आए हाँ ते ए मेरी थी इलमास बाई। कंजरिए कंजर खाने दे इस गंद ने इस हवेली चौन की जुड़त किस तरह की है? नादर चौधरी अंचुक के लिया है। साडा माल साडे हवाले करो। ओए माल दिया पुत्रा जिन्नी छेती हो सकता ही इस गंद नू लेके हवेली चो तवा जा। असी चौधरी ताडे मुजरे ते सुन सकने हां पर तानू अपनी हवेली दी शान नहीं बना सकते। चौधरी साहब एना तवाइफा ने ताडा परम कदी नहीं तोड़िया इसलिए दिल सिर चुक के गल कर रहे हो। जी असी अपना शजरे नसब तानू दस दईए ते जमीन तो सिर चुकन जोगे ना लवो। चल मां आ चलिए कोठा बात करिए। हाँ
जेड़ा सोना फूल सानू पसंद आ जाए असी ओनू तोड़ लैने आ। तेरे जे बगैर ते लानत है जेड़ा अपने भरा दे प्यार ते बुरी नीयत रखदा है। बकवास बंद कर शेर खान, इस कुड़ी नू लै के डेरे ते पहुंच। डेरे ते चलो, मैं इनू हवेली तक छड़ के आना, आ मेरे नाल। लंघा अलमास, रुक क्यों गई है? नहीं चौधरी साहब, नहीं, मैं इस काबिल नहीं कि इस शर्मा वाली दहलीज से पैर रख सका। तू कहना की चाहनी है, मैं समझे नहीं। मैं कौन हाँ? ताड़े को छुपाया सी चौधरी साहब। की मतलब? तुसी मैनू भैन का दर्जा दिता, ताड़े उस डेरे तो लैके इस दहलीज तक मेरी ते मेरे जमीर की जंग होंदी रही, ते मेरा जमीर जीत गया। हुण मैं तुहानू धोखा नहीं दे सकती। मैं एक तवाई पा, मैं माफ कर देना चौधरी साहब, मैं तड़े जज्बात नाल खेड़ी हाँ। मैं जाते हुए जरूर कहांगी मेरी परवरिश उस बुराई वाली थान से जरूर हुई है, पर मेरी इज्जत सवेर दे सजरे फुल वांगू पा के मैं उस तोसक च अपनी मर्जी ना नहीं रहती, नहीं रहती। ठहर जा, तेरा माजी की है भुल जा, बस ऐनी गल याद रखी, आज तो तू चौधरी कादर की इज्जत भी है और इस घर की वारस भी। चौधरी साहब, लाला आख ना सुनिए, लाला जी, लाला जी। तेरा एक एक पल ऐसा गिर के गुजारे है। तू बाहर
ते अलमास नो वे चौक के ला जावांगे। बरादरी ना एक जवान कुड़ी भी सी थे मैनू इतला मिली उन्हें चल लग गए खबर नादर दे करना तक पहुंची चंद मौत का ग्रहण लग जाएगा हूं तुम बिल्कुल तंदुरुस्तो तुम घर जा सकते हो ताड़ी मेहरबानी डॉक्टर साहब तुम सानू नवी जिंदगी दी है जिंदगी देने वाली जात सिर्फ रब दी है पर उन्हें इंसान नो इंसान का वसीला जरूर बनाया है शुक्रिया अदा करना है ते जाके चंद कर जिहड़ा तैनू इत्थे वक्त लैके आया सी उन्हें खून तो लैके रुपए पैसे की परवाह नहीं की ते तेरे सामने दी डोर दी एक बारी फिर गंढ बज गई की ना दसिया जे चंद चंद बस बे बस ले बे मैं उठ गया भाभी नु कह फटाफट रोटी दे रहे अच्छा चाचा तू चौधरी नादरा चंद मेरी जान बचा के तू मेरे से बड़ा वड्डा एहसान जा रहा है ते मैं भी जानना वा तेरे सीने च मेरे लिए इंतकाम दी बलन वाली अग मेरे लहू नाल बुझ सकती है ते हर दुख तैनू बहुता चिर उड़ीकना नहीं पिया मैं आपे चल के आ गया बस अगे पे हुए बंदे नू ते शेर भी नहीं औखांदा जा चला जा ते समझ नहीं कि अज तेरी मौत फिर टल गई है दूजी बारी मिलेगा ते फैसला पहला ही करेगा फैसला तो हो गया चंद पुत्रा जे ने अपना सिर चुकाई लिया है ते फिर सानू भी नबी पाक दी सुन्नत ते अमल करदे होया इनू माफ कर देना चाहिए अलमास तू ते एथे मैं ते तेनू अपनी हवेली चढ़ के आया सा जिस हवेली च मैंने छड़ के आया सर उत्थे इंसान नहीं फिरौन रहिंदे ने जदों उन्हां नूं मेरी असलियत दा पता चलिया मैंने तके मार के बाहर कर दिता हुण ज़ालमां दा ज़ुल्म हवेली तो बाहर भी मेरा पिछा करदा होया गया तेरे भरा सज्जू ने मेरी मां ते उस्ताद नूं भी गोली मार दिती ते मेरी इज्जत ते भी हमला करन दी कोशिश कीती मैं डिगदी टटती हुण ज़ालमां कोलों अपनी इज्जत बचांदी होई इस हवेली च आ गई इस शर्मा वाले वीर ने मैनू इज्जत दे के पैर बनाया सज्जन दुश्मन की पहचान हो गई है चौधरी साहब मेरा लोग ताड़ा एहसान मंद है जिंदगी दे किसी मोड़ते तनु मेरी जान की लोड़ पई त
दोनों में अपनी खुशकिस्मती समझांगा। अलमास जिंदा रहा तो तनु ले जावांगा रब रखा। छोड़ दियो मेरी इज्जत में मिट्टी जिना रोलो और छोड़ दियो मेरी तीनू बदमाशो और छोड़ दियो मेरी तीनू छोड़ दियो। ओए जालिमा रब तेनू कदी माफ नहीं करेगा कदी माफ नहीं करेगा। बुढ़िया ऐसी तेरी धी की जवानी नाल चार घड़िया अपना रांझा राजी किया है अच्छा तेनो इस साल का लगान माफ किया। ओए बदमाशा जमीन का सीना चिरन वाले है बुढ़े हाथ तेरी हिक भी चिरन गए चिरन गए। कमियां दी इज्जत नाल खेडन वाले बगैर था आज पता लग गया है नस्ल बद नस्ल दी पैवन लग जाए ते तेरे वर्गे कुत्ते जंदे ने अपनी अख ते आवाज नीवी रख। ऐ ना भूल के तू तो शरीक नहीं ओए तू शरीक अज दारे खोने च ते गैरत दुद्ध च होंदी है खून ते साडा सुचा है पर खैर दवा दा कटा दुद्ध ही होंदा है। ओ जे कमी लई तू भरा दा शरीक बन गया ते फिर सुन हर दे वादे काटिया दा फैसला मदान दी मिट्टी कर दिए मिट्टी जिस खोई च इस मसलूम दीदी ने छाल मार कर जान दिती है उस खोई चो कमी पानी नहीं तेरे लहू दे पोके भरन गए। मैंनू क्यों याद कीता जी चौधरी कादर दिया जिन्या जमीना ते जिन्ने पिंड ने और सारे साढ़े ना दाखल कर दे और इसलिए के साढ़े पुत्र नादर ने साढ़े दुश्मन मार मुका देने ने उन्हां तो बाद उन्हां दी सारी जागीर दे वारस सिर्फ असी होना असी हाँ। यकीन सी मेरा शेर पुत्र अपना वादा जरूर पूरा करेगा
ते मैनू मेरे दुश्मन की लाश विखाएगा। तेरे नाल वादा किया सी अब्बा कि तेरी आन शान ते वकार नाल खेड़न वाले नू जिंदा नहीं छड़ांगा। हाँ सानू याद है, पर उन्हां दुश्मनों नू मारन तो पहला एक बेगैरत इज्जत दा दुश्मन सामने आ गया सी। लाला
माजू नू ते अपनी सांह पाकर डक लिया सी, एनू अपने हथी गोली क्यों नहीं मारी, जिन्हें तेरा नामो निशान ते चुतराहट सब कुछ मिट्टी च मिला दिते, चुप क्यों कर गया, बोलता क्यों नहीं? आ पहले चुप नहीं खुल रही चाचा, ते लोका सानू मेरे दे दे के मार दे नहीं, और ओ वेरा तो पहला मैं ओ शरीफ प्राणू मार दिया ना, मार दिया ना, ना जगिया ना, मेरे हुक्म तो बगैर कोई कदम नहीं चुकेगा। हुक्म देन लगिया है क्यों फौल जाने अबा, साड़ी जात का कातल साड़े सारे कुंबे दा दुश्मन होंदा है, और पावे अपना खून ही क्यों ना होवे साड़े हथो कातल होंदा है। ओए मेरे हत्था नु हाथ कड़िया नादर दी मरन वाली मां ने पाया सन, मैं उन्हें जबान दिती सी कि वेला केहो जा भी आवे नादर नू तत्ती वाने लगेगी, एक बार इते ओदी जान बख्श दिती है, जे दूजी वार सामने खलोता ते मैं ओदी ओदी लाश विखा देना तुहानू। साहब बाबर साडे मथरा भरा नादर ने साडे दुश्मन चन्न ते चौधरी कादर नाल रल के सानू लूट दिता, लूट दिता, सानू प्यो दुश्मन मार नहीं देता ते असी उन्हां नू जंगा नहीं छड़ना। कोई एहो जिहा जंजू पा साहब नादर कानून दे शिकंजे जा जाए। मैं दे कहना डिप्टी साहब नादर दा कटाई कर दियो। कुछ भी है चौधरी हो नादर फेर भी ताड़ा प्रा है। ओनु प्रा नहीं शरीर का डिप्टिया सब दे शरीर जो भी मार तेरे चाहिए ने ते फिर समझ लो चौधरी हो जाफर ने नादर लई कानून दा शिकंजा तैयार कर लिया है। अपने आप नु कानून दे हवाले कर दे नादर। मेरी रात किस चौनच डक रहा डिप्टी जानदा नहीं, मैं चौधरी बुलंद दा पुत्र हां, ऐसे ले ते गिरफ्तार कर रहे मां, नहीं ते गोलियां ना तेरा सीना छल्ली कर देता, गिरफ्तार कर लेनू। ने मेरे आओ ना आओ आ जाओ अंदर लंग आओ आओ। लै पैना तेनू मुबारक होए, असि अपनी होने वाले नूं दा शगन लैके आए हैं। ओ छेती ना शगन झोली च पाओ मां जी, ओ टोकरी च लड्डू लुटियां पाउण दे ने आए आए। सत बिस्मिल्ला सत बिस्मिल्ला। शगन फड़ लो गुड़ियो। हे शगन ते मैनू फड़ा। चलो चलो अंदर चलो। सलाम मारी। वालेकुम सलाम, जिंदा रहो। सलाम चोरी साहब। वालेकुम सलाम, चला नेक नसीब हूं, बह जा। ओ दुपट्टा फड़ाओ किधर है, ओ तू तो बह जा यार, बह जा। माशाल्लाह शाला नजर ना लगी। आज तो आठ दिन बाद मैं चांदी बरात लेके आवांगा। मैं रामा विच अखा विछा के उड़ीकांगी।
हाँ। हुन मैं इंज नहीं जान देना, कुछ खा पी के मुंह मिठा करके जाओ। हाँ हाँ ठीक है, थोड़ी दिन रोटी भी हो जाए तो कोई गल नहीं। चंद की पसंद चंद को कटते नहीं, मेरा देवर भी तो सारे जहान च एक ही है, असि आपस ही फैसला करी जा रहे हैं। रानी को पूछिए, रानी तेन चंद कहो जहा लगता है? हाँ हाय, शर्मा गई, कितने चली गई है? अपनी चंद को Thank you.
पिछली तारीखां दे कागज ने इन्हां ते किसी तरह खुदा बख्श दे अंगूठे लग जान ते चौधरी कादरे दे नामे लगी जमीन तुहाडे खाते किवें चढ़ दी ए मेरा काम ने इधर कर पटवारिया ते फिर वे खुदा बख्श दे अंगूठे किवें लगदे ने ना सवाल ना जवाब चुप करके इस कागज से अपना अंगूठा ला दे एक कादे कागज ने ओहो जमीन जेड़ी तू चौधरी कादर में बेची थी हूं उसका मालिक चौधरी मैं नहीं ओए तू अंगूठा लाने वाली गल कर मालक असि आप ही बन जाएंगे मैं ना कागजा से अंगूठा नहीं लावांगा इधर मारा अंगूठा ला नहीं तो दिमाग मारा जाएगा तू एक हजार बारी भी कमेगा अंगूठा नहीं लावांगा एदा मतलब ए वे तेरे खून की सही बना के अंगूठा मैनू लवाना पड़ेगा चौधरी बुलंदे ने कादरे नू दौड़न जोगा नहीं छड़िया कील के रख दिते उस उड़ने सप नू करम करी मेरे मौला रहम करी मेरे मौला बहुत चौधरी बहुत लैनिया ज्यादा ते मंगनिया दुआवां तेरे दो रूप होंगे ऐसे मैं सोच भी नहीं सकता की कह रहे हो डिप्टी साहब मैं तुहाडी गल दा मतलब नहीं समझिया इन्ना पोला ना बन चौधरी तो बेगुनाह ना खून तेरे सिर ते वे डिप्टी साहब तुसी हद तो ज्यादा वधी जा रहे हो खोल के गल करो कहना की चाहते हो खुदा बख्श ते उहदे दीने मरन लगे बयान लिखवाया है कि तू ते चंद ने उन्होंने कतल किया है गिरफ्तार करना नहीं ये झूठ है जितने तो झूठ बोल रहे हैं ये तेरे हलामी दिमाग की चाल है या तेरे मुंह लगामा किसी होर ने पा दी है ने तेरा मुंह सहेली हल कर दिता है जा जा चला जा इथों नहीं कुड़िए नहीं साड़ी कानून कोई दुश्मनी नहीं सच्चे नाम ते सत्य खैरा होंगे ने लाला जी चुप रहिए तो सच सूली ते चढ़ जाता है तो झूठ नहीं मनिया जाता है कोई गल नहीं अलमास साढ़े सच का फैसला मुनसफा का मुनसिफ सोना रब आप करेगा नहीं लाला जी नहीं एक चुल गई साढ़े घर च कोई तसली का कुड़िए कुछ नहीं होया फिक्र ना कर लगता मेरा पैर ही बड़ा भारी है मेरे आना इस घर दिया खुशियां रुस गई ने नहीं डोना नहीं तिया के बने रबी रहमत होंगे ने अथरों पूज लै सोने रब ने चाया सच के चूर का नितारा बहुत छेती हो जाएगा बहुत छेती हो जाएगा मैं के चोई साहब ये गल बड़े चुप चाप लेटे हो मेरा ख्याल है पर जाए ना मुलाकात नहीं हो सकी कोई गल नहीं जाके मिलना वो मेरे ने इजाजत है कोई नहीं बशीरिया लगता है किसी ने कलेजे नु हथ पा लिया ते हाथ काट लो नहीं यार सानू लगता है किसी ने दिल नु हथ पा लिया गैस प्रॉब्लम है
मैं समझ गया तुसी उदास हो लो फिर तुहाडी उदासी दूर करने वास्ते मैं हीर गाउंदा वा हीरे आके इतने पटाके क्यों चला रहे हो तन मौत की डोली चढ़ के चौधरी बुलंदे को ले जा रहे तेरे नाल जुड़े आया एक ही रिश्ता चौधरी बुलंदे के पैर हेठे अज चलू यह ग्रहण लवेंगे तो फिर कभी नजर नहीं आएगा बेड़ा करके तो खाना खराब तो पुत्र मोड़ियां च गोलियां मर जानियां ने कादर की पग से मिट्टी किवें लग सकती है तेरे हाथों ने साडे सिर ते पग रखी है ते चौधरी कादर नूं तेरे चों चंद दिसण लग पिया असी तेरा चंद डोब दिता है हम चंद तेनू जमीन ते नहीं आसमान ते नजर आएगा ते तू चन चन पुकारदा पागल हो जाएगा ए ताड़ी पुले ओए ना चन मर सकदे ना चन तुसी मार सकदे हो ओ इसलिए चन जूंदा ना हुंदा ते चौधरी कादर चौक ना मर गया हुंदा अब तेरे तकवे तो सदके भाई तू मन ते पावे ना मन असी तेरे चन नू लौच डोब रहा तू मन पावे ना मन ना दे रूप चंद चौधरी दे मोड़े नाल खलोता ही श्रीका जे चौधरी बुलंदे दे वेड़े चुगया बोर्ड वैरिया नू वैर दी धुप तो बचाएगा देसी ओ बोड़ी फट देंगे अरे शेर जाल में छोड़े शहर नो सलाखा पिछों कट के साडे पिछे पिछे लगा अज वैर दी अखीर खुले आसमान थले होवेगी ते सरे आम होवेगी आ शेरो इस झूठे चौधरी दी नस्ल च कोई गाटा ते नहीं रहा ते गुत्ता वालियों तुसी चुक लियो अज वेखना है वे एदी कली पग इन्निया इज्जतां दे नंगे सिर कच दिए ते लौ दे रंग च रंगिया खाल दा पानी दसेगा के वैर जदों गजदा है ते डंके दी चोट गजदा है चाचा लगदा साढ़े आन तो पहले इस हवेली चिन्ह फिर गया है हाँ लाला लगदा साढ़े आन तो पहले सारे ही नस गए ने हवेली कोई नजर ही नहीं आ रहा अखां खोल के वेखो अन्नी गयो तानू
ਰਾਜਾ ਦੇ ਤੁਹਾਡੀ ਹਫਾਜ਼ਤ ਨਹੀਂ ਕਰ ਸਕਦੇ। ਚੰਨ ਤੇ ਚੌਧਰੀ ਦੇ ਨਾਲ ਲੱਗੀ ਹੋਈ ਇੱਕ ਇੱਕ ਚੀਜ਼ ਤੇ ਕਬਜ਼ਾ ਕਰਨਾ ਬੁੱਢੀਏ ਅਖਵਾਚਾ, ਨਹੀਂ ਤੇ ਮਾਰ ਦਿਆਂਗੇ। ਵੇ ਕਮੀਨਿਓ, ਜੇ ਮੇਰੀ ਧੀ ਵੱਲ ਤੁਹਾਡੇ ਵਿੱਚੋਂ ਕਿਸੇ ਨੇ ਵੀ ਹੱਥ ਵਧਾਇਆ ਤੇ ਮੈਂ ਉਹਦੀਆਂ ਅੰਦਰਾਂ ਕੱਢ ਲਾਂਗੀ। ਇਹਨੂੰ ਗੋਲੀ ਮਾਰ ਦੇ ਮਾਜੂ, ਇਹ ਬੁੱਢੀ ਕੰਧ ਸਾਡਾ ਰਸਤਾ ਕਿਵੇਂ ਡੱਕ ਸਕਦੀ ਹੈ? ਨਹੀਂ ਚਾਚਾ ਨਹੀਂ, ਇਸ ਬੁੱਢੀ ਕੋਲੋਂ ਤੇ ਸ਼ਗਲਾਂ ਦੀ ਸਲਾਮੀ ਲੈਣੀ ਹੈ, ਔਰ ਇਹਨੂੰ ਵੀ ਨਾਲ ਲੈ ਕੇ ਚੱਲੋ। ਬੱਬ ਗਾ ਠੀਕ ਕਹਿ ਗਈ ਚਾਚਾ। ਜੇ ਮੇਰਾ ਚਾਚਾ ਆ ਗਿਆ ਤੇ ਤੁਹਾਡੇ ਸਾਰਿਆਂ ਦੀ ਆਕੜ ਕੱਢ ਦੇਗਾ। ਓਏ ਕੀ ਸੋਚ ਰਿਹਾ ਮਾਜੂ, ਓਏ ਨਦੀ ਮੌਤ ਦਾ ਟਲ ਖੜਕਾਣਾ ਦੀ ਗੱਲ ਕਰ। ਓਏ ਕਿਧਰੇ ਇਹਨਾਂ ਤੇ ਰਹਿਮ ਤੇ ਨਹੀਂ ਆ ਗਿਆ? ਸਾਡੇ ਵੈਰ ਦੀ ਸਵਾਹ ਨਹੀਂ, ਉਹ ਇਹਨਾਂ ਸਾਰਿਆਂ ਨੂੰ ਇਸ ਸਾਰੇ ਚੱਕ ਦਾ ਤਮਾਸ਼ਾ ਬਣਾ ਕੇ ਮਾਰਾਂਗਾ। ਓਏ ਬੁੱਢੀਏ, ਇਹ 4 ਕਿੱਲੇ ਜ਼ਮੀਨ ਸਿਰ ਡੁੱਬਣ ਤੋਂ ਪਹਿਲੇ ਪਹਿਲੇ ਪਾ ਦਿਓ, ਨਹੀਂ ਤੇ ਤੁਹਾਨੂੰ ਸਾਰਿਆਂ ਨੂੰ ਨੰਗਿਆਂ ਕਰਕੇ ਪਿੰਡ ਪਿੰਡ ਫੜਾਵਾਂਗਾ। ਫਿਰ ਤੁਸੀਂ ਗੈਰਤ ਤੇ ਸ਼ਰਮ ਨਾਲ ਆਪੇ ਹੀ ਮਰ ਜਾਓਗੀਆਂ। ਬੇ ਵੈਰ ਦਾ ਨਿਉਂਦਰਾ ਉਹਨਾਂ ਹੀ ਸਾਡੀ ਚੋਲੀ ਚ ਪਾਈ, ਜਿੰਨਾ ਵਾਪਸ ਲੈਣ ਲੱਗਿਆ ਤੂੰ ਬਰਦਾਸ਼ਤ ਕਰ ਸਕੇ। ਡਰ ਉਸ ਵੇਲੇ ਤੋਂ ਜਦੋਂ ਚੰਨ ਆ ਕੇ ਸਾਡੇ ਤੇ ਕੀਤੇ ਜ਼ੁਲਮਾਂ ਦਾ ਸਾਥ ਦੇ ਕੋ ਮੰਗਣਾ, ਤਾਂ ਫਿਰ ਲੁਕਣ ਦੀ ਥਾਂ ਨਾ ਜ਼ਮੀਨ ਨੇ ਦੇਣੀ ਨਾ ਅਸਮਾਨ ਨੇ। ਕਾਲੇ ਬੱਦਲ ਚਿੜੇ ਹੋਣ ਤੇ ਫਿਰ ਚੰਨ ਗਵਾ ਜਾਂਦਾ ਜ਼ੁਲਫਾਂ ਵਾਲੀ। ਜਿਸ ਚੰਨ ਨੂੰ ਤੁਸੀਂ ਉਡੀਕਦੇ ਪਈਆਂ ਉਹਨੇ ਤੇ ਨਹੀਂ ਚੜਨਾ, ਉਸ ਲਈ ਕਿ ਸਾਡੇ ਧੰਦਿਆਂ ਨੇ ਉਸ ਚੰਨ ਨੂੰ ਗਹਿਣ ਲਾ ਦਿੱਤਾ ਹੋਏਗਾ। ਝੂਠ ਬੋਲਣਾ ਤੂੰ, ਜੇ ਚੰਨ ਮਿਟ ਜਾਂਦਾ ਤੇ ਚਿੱਟਾ ਦਿਨ ਨਹੀਂ ਕੂਫਾ ਹਨੇਰਾ ਆਉਂਦਾ। ਮੈਨੂੰ ਯਕੀਨ ਹੈ ਚੰਨ ਤੇ ਨਾਦਰ ਤੇਰੀ ਮੌਤ ਮਾਰ ਕੇ ਜ਼ਰੂਰ ਆਣਗੇ। ਓਏ ਮਾਜੂ, ਤੂੰ ਕੀ ਇਹਨਾਂ ਨਾਲ ਪੀਂਗਾ ਪਾ ਕੇ ਕਰੋਗੇ? ਇਹਨਾਂ ਦੇ ਕੱਪੜੇ ਪਾੜ, ਇਹਨਾਂ ਨੂੰ ਨੰਗਿਆਂ ਕਰ ਤੇ ਪਿੰਡ ਵੱਲ ਤੋੜ। ਓਏ ਕੱਪੜੇ ਤੇ ਹੁਣ ਚੰਨ ਦੀ ਲਾਸ਼ ਤੇ ਖਣੋ ਕੇ ਪਾਲਾਂਗਾ ਚਾਚਾ। ਲੜਾ ਛਿੜੀ ਥੱਲੇ ਦਮ ਤੇ ਲੈ। ਵੈਰ ਦਾ
सज्जन दुश्मन के सिर से कैर बन के बसते हो। इस मौके से डिप्टी जाफर पिछे किसान रह सकता है। यार तुम बड़ा राम है नहीं, इन्हों लैके आओ। मेरा ख्याल कोई अपना मरासी भरा मार बैठा।
ਸਿਰਾ